ਓਏ ਉਹ ਤਾਂ ਠੀਕ ਹੈ ਭੈਣੇ, ਪਰ ਹਾਂ ਅਗਲੇ ਦਾ ਕੋਈ ਪਤਾ ਨਹੀਂ ਹੁੰਦਾ ਹੈਗਾ। ਇੱਥੇ ਮਜਬੂਰੀ ਤਾਂ ਭਾਵੇਂ ਸੀਗੀ, ਚੱਲ ਉਹਨਾਂ ਦੀ ਹੁਣ ਪੈਸਿਆਂ ਦੀ ਲੋੜ ਸੀਗੀ, ਹੁਣ ਆ ਕੇ ਤਾਂ ਕੋਈ ਚੀਜ਼ ਚੂਜ਼ ਚੱਕ ਕੇ ਲੈ ਜਾਣ। ਮੈਨੂੰ ਐਂ ਲੱਗਦਾ ਭੈਣ ਤਾਂ ਹੁਣ ਕੱਪੜੇ ਧੋਈ ਜਾਂਦੀ ਆ ਬਾਹਰ, ਜਿਹੜਾ ਕੰਮ ਕਰਨਾ ਆਪਾਂ ਹੁਣੇ ਹੀ ਕਰ ਦਿੰਦੇ ਹਾਂ, ਫਿਰ ਐਂ ਨਹੀਂ ਪਤਾ ਜੇ ਭੈਣ ਕਿਤੇ ਇੱਧਰ ਆ ਗਈ ਫਿਰ ਆਪਣੇ ਤੋਂ ਵੀ ਨਹੀਂ ਹੋਣਾ ਗਾ, ਫਿਰ ਟਾਈਮ ਐਂ ਨਹੀਂ ਪਤਾ ਮਿਲੇ ਨਾ ਮਿਲੇ, ਉਹਦੇ ਨੂੰ ਬਾਈ ਦੇ ਆਉਣ ਦਾ ਵੀ ਟਾਈਮ ਹੋ ਜਾਣਾ। ਚੱਲ ਆਪਣਾ ਕੰਮ ਤਾਂ ਬਣ ਗਿਆ। ਪੂ ਮੈਂ ਮਰ ਜਾ, ਹਾਏ ਨਾ ਮੇਰੀਆਂ ਟੂਮਾਂ ਤੇ ਨਾ ਮੀਤ ਦੀਆਂ, ਹਾਏ ਮੈਂ ਤਾਂ ਇਸੇ ਚ ਹੀ ਰੱਖੂੰਗਾ ਸੀ, ਹੋਰ ਕਿਤੇ ਰੱਖੂੰਗਾ ਹੀ ਨਹੀਂ। ਬੂ ਕਿਤੇ ਪ੍ਰਗਟ ਵਾਲੀ ਗੱਲ ਸੱਚ ਤਾਂ ਨਹੀਂ ਹੋ ਗਈ? ਪ੍ਰਗਟ ਮੈਨੂੰ ਕਹਿੰਦਾ ਸੀ ਵੀ ਭੈਣੇ ਇਹਨਾਂ ਤੇ ਯਕੀਨ ਨਾ ਕਰ, ਕਿਤੇ ਮੀਤ ਤਾਂ ਨਹੀਂ ਚੱਕ ਕੇ ਲੈ। ਸੁੱਤੇ ਨੇ ਜੀ? ਨਾ। ਅੱਛਾ ਨਾ ਲੈ। ਹਾਂ ਚੱਲ ਆ ਤਾਂ ਵਧੀਆ ਕੀਤਾ ਨਾ ਲੈ, ਪਰ ਮੈਨੂੰ ਐਂ ਦੱਸੋ ਨਹਾਉਣ ਲੱਗਿਆ ਨੂੰ ਔਖਾ ਨਹੀਂ ਲੱਗਿਆ ਤੁਹਾਨੂੰ ਕੱਲਿਆਂ ਨੂੰ? ਨਹੀਂ ਨਹੀਂ ਕੋਈ ਔਖਾ ਨਹੀਂ ਸੀਗਾ, ਬਾਕੀ ਉਹ ਦਵਾਈ ਜੀ ਨਾਲ ਨਾ ਇੰਨਾ ਦਰਦ ਨਹੀਂ ਹੋਇਆ ਹੈਗਾ ਸੀਗਾ, ਪਰ ਮੈਂ ਕਿਹੜਾ ਸਾਬਣ ਲਾਈ ਸੀਗੀ, ਟੂਟੀ ਛੱਡ ਕੇ ਪਾਣੀ ਉੱਤੇ ਪਾ ਲਿਆ ਕੱਪੜੇ ਬਦਲੇ, ਬਾਕੀ ਅੱਜ ਤਾਂ ਚੀਸਾਂ ਵੀ ਨਹੀਂ ਪੈਂਦੀਆਂ ਹੈਗੀਆਂ। ਅੱਛਾ ਹੋਇਆ ਨਹੀਂ ਦਰਦ ਅੱਜ? ਘੱਟ ਆ। ਚੱਲ ਵਧੀਆ ਹੋਇਆ, ਜੇ ਦਰਦ ਵੀ ਨਾ ਹੋਵੇ ਫਿਰ ਵੀ ਕੁਛ ਟਕਾ ਹੋਣ ਲੱਗ ਜੂ, ਜੇ ਦਰਦ ਨਾ ਹੋਇਆ ਪੈਰ ਵੀ ਥੱਲੇ ਲੱਗਣ ਲੱਗ ਜੂ ਨਾ। ਪਹਿਲਾਂ ਵਧੀਆ ਬੱਦਲ ਨਿਕਲੇ ਹੋਏ ਸੀਗੇ, ਹਾਂ ਹੁਣ ਧੁੱਪ ਆ ਗਈ ਆ। ਚੱਲ ਕੋਈ ਨਹੀਂ, ਜਾਂ ਪੈ ਕੇ ਹਟਿਆ ਨਾ ਉਹਦਾ ਕਰਕੇ ਕਦੇ ਧੁੱਪ ਕਦੇ ਛਾਂ ਰੱਬ ਕਰੀ ਜਾਂਦਾ, ਬਾਕੀ ਲਾਈਟ ਨਹੀਂ ਹੋਣੀ ਆਪਣੇ ਕਿਹੜਾ ਇਨਵਰਟਰ ਆ, ਪੱਖਾ ਛੱਡ ਕੇ ਪੈ ਜਾਾਂਗੇ ਹਨਾ। ਹਾਂ ਤੇ ਆਹ ਡੱਬਾ ਜਿਹਾ ਕਾਹਦਾ ਚੱਕੀ ਫਿਰਦੀ ਆ? ਇਹ ਤਾਂ ਰੋਟੀ ਲਈ ਆ ਮੈਂ, ਮੈਂ ਤਾਂ ਬਹੁਤ ਮਨਾ ਕੀਤਾ ਸੀ ਭੈਣ ਨੂੰ। ਪੂਰੀ ਗੱਲ ਤਾਂ ਸੁਣ ਲਿਆ। ਗੱਲ ਕੀ ਤੂੰ ਕਹੀ ਤਾਂ ਗਈ ਸੀ ਕੱਲ ਵੀ ਭਾਈ ਮੈਂ ਗਹਿਣੇ ਰੱਖ ਕੇ ਆਉਂਗੀ ਇਹਨਾਂ ਨੂੰ ਧਰ ਦਿੰਨੀ ਆ ਕਿਤੇ, ਉਹੀ ਕੰਮ ਕਰ ਆਈ ਆ। ਨਹੀਂ ਨਹੀਂ ਤੁਸੀਂ ਨਾ ਫਿਕਰ ਨਾ ਕਰੋ, ਗਹਿਣੇ ਗੁਣੇ ਮੈਂ ਕੁਛ ਨਹੀਂ ਰੱਖੇ ਹੈਗੇ, ਉਹ ਤਾਂ ਮੈਨੂੰ ਭੈਣ ਕਹਿੰਦੀ ਨਾ ਵੀ ਤੂੰ ਸੁਨੇ ਖੇਤਾਂ ਵਿੱਚ ਦੀ ਆਉਣੀ ਆ ਤੁਰ ਕੇ, ਕਿਉਂਕਿ ਆਪਣਾ ਤੈਨੂੰ ਪਤਾ ਸੁਨੇ ਰਾਹਾਂ ਤੇ ਘਰ ਆ ਹਨਾ, ਤੇ ਉਹ ਕਹਿੰਦੀ ਰੱਬ ਨਾ ਕਰੇ ਕੋਈ ਲੁੱਟ ਖੋਹ ਵਾਲੇ ਆ ਜਾਣ, ਤਾਂ ਮੈਂ ਉੱਥੇ ਲਾ ਕੇ ਸੰਭਾਤੇ, ਮੈਂ ਚੱਲ ਇੱਥੇ ਸਾਂਭਣਾ ਨਾਲੇ ਤਾਂ ਵਧੀਆ ਸਮੇਂ ਰਹਿਣਗੇ, ਜੇ ਆਪਣੇ ਘਰੇ ਹੋਣਗੇ ਤੈਨੂੰ ਪਤਾ ਹਾਲਾਤ ਮਾੜੇ ਚੱਲੀ ਜਾਂਦੇ ਆ, ਫਿਰ ਆਪਾਂ ਕਿੱਥੇ ਰੱਖ ਕਰ ਦਾਂਗੇ, ਉੱਥੇ ਪਏ ਆ ਕੋਈ ਨੀ। ਚੱਲ ਕੋਈ ਗੱਲ ਨੀ, ਵਧੀਆ ਕੀਤਾ। ਹੋਰ ਬਾਈ ਤਾਂ ਨਹੀਂ ਕੁਛ ਬੋਲਿਆ ਸੀਗਾ ਜਾਂ ਭਾਬੀ? ਨਾ ਬਾਈ ਨੂੰ ਮੈਂ ਉਹ ਗੱਲ ਕਰ ਲਈ ਸੀ, ਜਾਣ ਸਾਰ ਪਹਿਲਾਂ ਮੈਂ ਬਾਈ ਕੋਲੇ ਬਹਿ ਗਈ ਸੀ। ਹਾਂ ਮੈਂ ਕਿਹਾ ਬਾਈ ਵੀ ਐਂ ਕਰਕੇ, ਮੈਂ ਬੰਟੂ ਨੇ ਮੈਨੂੰ ਕਿਹਾਗਾ ਵੀ ਪੈਸੇ ਨੀ ਅਸੀਂ ਲੈਂਦੇ ਹੈਗੇ, ਵੀ ਕੰਮ ਤੇ ਮੈਂ ਆ ਜਾ ਕਰੂੰਗੀ, ਵੀ ਚੱਲ ਆਪਾਂ ਲਿਹਾਜ ਵੱਖੋ ਮੂੰਹ ਮੱਥੇ ਵੱਲੋਂ ਕੰਮ ਮੈਂ ਕਰ ਜਾ ਕਰੂੰਗੀ, ਵੀ ਪੈਸੇ ਪੂਸੇ ਲੈਣ ਨੂੰ ਮੈਂ ਕਿਹੜਾ ਚੱਲ ਕੰਮ ਆ ਲੱਗੀ ਆ ਤੁਹਾਡੇ ਹਨਾ। ਹਾਂ ਨਾਲੇ ਕਹਿੰਦਾ ਭਾਈ ਕਹਿੰਦਾ ਦੇਖ ਲੋ ਕਹਿੰਦਾ ਸਾਨੂੰ ਨਾ ਦੇਖ, ਸਹੀ ਆ ਤੂੰ ਕਹਿਤਾ, ਆ 10-15 ਦਿਨਾਂ ਦੀ ਗੱਲ ਆ, ਕੇਰਾਂ ਤੁਰਨ ਜੇ ਲੱਗ ਗਿਆ ਉਹਦੇ ਨਾਲ ਨਾ ਖੇਤ ਨਰਮਾ ਨੁਰਮਾ ਗੱਡਾ ਤਾ, ਇਹੋ ਜਿਹੇ ਕੰਮ ਕਰਾਈ ਜਾਊਂਗਾ, ਸਪਰੇ ਸਪਰੂ ਕਰਵਾ ਦੂੰਗਾ, ਬਸ ਇੰਨੇ ਚ ਉਤਰ ਜਾਣਗੇ, ਕਿਹੜਾ ਕੋਈ ਬਾਲਕ 20,000 ਫੜਿਆ 2,000 ਤਾਂ ਰੁਪਇਆ ਫੜਿਆ। ਉਹੀ ਤਾਂ ਗੱਲ, ਹਾਂ ਬਸ ਮੈਂ ਚੰਗੀ ਤਰ੍ਹਾਂ ਪੈਰ ਜਿਹਾ ਰੱਖਣ ਲੱਗਣ ਲੱਗ ਜੇ ਫਿਰ ਇਹੀ ਕੰਮ ਤੇ ਆ, ਟਾਈਮ ਪਾਸ ਤਾਂ ਹੋ ਹੀ ਜਾਣਾ। ਹਾਂ ਹੁਣ ਲਾਈਟ ਹੈ ਨੀ ਗੀ, ਫਿਰ ਮੰਜਾ ਆਪਾਂ ਇੱਧਰ ਨੂੰ ਕਰਕੇ ਬਹਿ ਕੇ, ਮੈਂ ਪਲੇਟ ਤੇ ਪਾਣੀ ਪੂਣੀ ਲਿਆ ਆਉਣੀ ਆ, ਬਹਿ ਕੇ ਰੋਟੀ ਖਾ ਲਿਓ। ਰੋਟੀ ਦੀ ਮੈਨੂੰ ਤਾਂ ਦੇਖ ਭੁੱਖ ਨਹੀਂ ਹੈਗੀ। ਅੱਛਾ ਜੀ, ਹਾਂ ਮੈਂ ਤਾਂ ਨਾ ਚਾਹ ਬਣਾ ਕੇ ਪੀ ਲਈ ਸੀਗੀ ਆਪਦੀ, ਚਾਹ ਨੂੰ ਬੜਾ ਚੀਜ਼ ਕਰੀ ਜੀ, ਚਾਹ ਪੀ ਲਈ ਆ ਤੁਸੀਂ, ਹੁਣ ਕਿੱਥੇ ਰੋਟੀ ਖਾਣੀ ਸੀ, ਨਾ ਨਾ ਐਸੀ ਵੀ ਲੇਟ ਨਾ ਹੋ ਜੇ। ਉਹ ਬਸ ਉਵੇਂ ਮੈਨੂੰ ਚਾਹ ਦਾ ਮਾਂਜਾ ਕਰੀ ਜਾਂਦਾ ਸੀਗਾ,
ਫਿਰ ਤੈਨੂੰ ਪਤਾ ਕੁਛ ਮੈਨੂੰ ਐਂ ਜੇ ਹੋਇਆ ਪਿਆ ਵੀ ਡਾਕਟਰ ਕਹਿੰਦਾ ਸੀ ਬਈ ਮੰਜੇ ਤੇ ਘੱਟ ਬੈਠ ਤੋਰਾ ਫੇਰਾ ਜਿਹਾ ਕਰ। ਮੈਂ ਕਿਹਾ ਚੱਲ ਨਾਲੇ ਮਾਟਾ ਮਾਟਾ ਮੋਟਾ ਤੁਰ ਫਿਰ ਲੈਣਾ ਨਾਲੇ ਚਾਹ ਧਾਰ ਲੈਣਾ। ਮੇਰੀ ਗੱਲ ਸੁਣੋ, ਚੱਲ ਰੋਟੀ ਮੈਂ ਰੱਖ ਦਿੰਦੀ ਹਾਂ ਉੱਥੇ ਠਹਿਰ ਕੇ ਖਾ ਲਿਓ, ਤੇ ਜੇ ਤੁਹਾਡਾ ਪੈਰ ਜਿਹਾ ਠੀਕ ਹੋ ਜਾਏ ਨਾ, ਆਹ ਇੱਟਾਂ ਰੋੜੇ ਜਿਹੇ ਵੀ ਜਿਹੜੇ ਪਏ ਆ ਇਹ ਵੀ ਇੱਕ ਸਾਈਡ ਤੇ ਹੋ ਜਾਣ, ਆਏ ਨਾ ਵਿਚਾਲੇ ਪਏ ਭੈੜੇ ਲੱਗਦੇ ਆ। ਉਦੋਂ ਮੈਨੂੰ ਆਇਆ ਸੀਗਾ ਵੀ ਚੱਲ ਇੱਧਰ ਉਹ ਪਾ ਦਾਂਗੇ ਵੀ ਪਸ਼ੂ ਰੱਖਾਂਗੇ, ਇੱਧਰ ਬਰਾਂਡਾ ਜਿਹਾ ਪਾ ਦਾਂਗੇ, ਪਰ ਹੁਣ ਸੱਟ ਜੀ ਵੱਜ ਗਈ ਆ ਫਿਰ ਵਿੱਚ ਹੀ ਰਹਿ ਗਿਆ ਸਾਰਾ ਕੁਛ। ਚੱਲ ਕੋਈ ਨੀ, ਚੰਗਾ ਜੀ ਫਿਰ ਮੈਂ ਨਾ ਅੰਦਰ ਜਾਂਦੀ ਆ, ਦੇਖਦੀ ਆ ਕੰਮ ਕਿਹੜਾ ਕਰਨ ਵਾਲਾ ਪਿਆ ਉਹ ਕਰਦੀ ਆ। ਉਹ ਚਾਹ ਵਾਲੇ ਭਾਂਡੇ ਜੇ ਉਹ ਚੱਕਦੀ, ਬਾਕੀ ਇੱਥੇ ਮੰਜਾ ਇੱਥੇ ਪਿਆ ਰਹਿਣ ਦਿਆ, ਛਾਂ ਹੁਣ ਇੱਧਰ ਨੂੰ ਹੀ ਆਊਗੀ, ਕਦੇ ਕਦੇ ਧੁੱਪ ਜੀ ਆਉਂਦੀ ਆ ਬੱਦਲਾਂ ਦੀ ਛਾਂ ਹੀ ਹੈਗੀ ਆ, ਮੈਂ ਤਾਂ ਪੈ ਜਾਂਦਾ ਇੱਥੇ ਪੈ ਜੋ ਐਵੇਂ ਨਾ ਗਰਮੀ ਲਵਾ ਲਿਆ ਇੱਥੇ ਚੱਜ ਨਾ ਹਵਾ। ਨਹੀਂ ਲੱਭ ਖੁੱਲੀ ਥਾਂ 'ਚ ਗਰਮੀ ਕਿੱਥੋਂ ਲੱਗਦੀ ਆ, ਕੰਬਲੀ ਹੋਈ ਆ ਵਧੀਆ ਠੰਡੀ ਹਵਾ ਚੱਲੀ ਜਾਂਦੀ ਆ। ਚੱਲ ਮੈਂ ਅੰਦਰ ਕੰਮ ਕੁੰਮ ਕਰ ਲਾ, ਮੈਨੂੰ ਹਾਕ ਮਾਰ ਦੇ ਰੋਟੀ ਖਾਣ। ਕੋਈ ਨਾ ਕੋਈ ਨਾ, ਜੇ ਮੈਨੂੰ ਭੁੱਖ ਲੱਗੀ ਮੈਂ ਤੈਨੂੰ ਬਾਜ ਮਾਰ ਦੂੰਗਾ। ਠੀਕ ਹੈ ਜੀ, ਠੀਕ ਹੈ। ਮੇਰੇ ਸਾਲੇ ਦਾ ਮੈਨੂੰ ਐਂ ਸੀਗਾ ਵੀ ਰਾਜੂ ਕਿਤੇ ਕੰਮ ਆ ਜੂ ਅੱਜ, ਇਹ ਵੀ ਮੌਕੇ ਤੇ ਜਵਾਬ ਦੇ ਗਿਆ। ਹੁਣ ਨਾ ਤਾਂ ਹੈਗਾ 30,000 ਦਾ ਸਮਾਨ ਤੇ ਨਾ ਕੋਈ ਪੈਸੇ ਆ ਕੋਲੇ, ਹੁਣ ਕਰਾਂ ਤਾਂ ਕੀ ਕਰਾਂ। ਇਹਦੇ ਤਾਂ ਕਾਸ ਸੀਗੀ ਵੀ ਚੱਲ 100-200 ਇੱਧਰ ਤੋਂ ਬਣਾ ਲਊਗਾ, ਇਹ ਵੀ ਜ਼ਿਆਦਾ ਕਹਿੰਦਾ ਹੈ ਹੀ ਨਹੀਂ। ਹੁਣ ਕੀ ਕਰਾਂ, ਕਿਹੜੇ ਪਾਸੇ ਹੱਲ ਕਰਾਂ, ਘਰ ਤਾਂ ਆਪਣਾ ਉਮੀਦ ਹੈ ਹੀ ਨਹੀਂ, ਡੱਕਾ ਦੇਣਾ ਹੀ ਨਹੀਂ ਆਪਾਂ ਨੂੰ ਘਰੋਂ ਤਾਂ। ਐਂ ਕਰਦਾ ਫਿਰ, ਹੋਰ ਤਾਂ ਨਹੀਂ ਕੋਈ ਹੱਲ ਹੈਗਾ, ਭੈਣ ਕੋਲੇ ਚੱਲਦਾ। ਕੰਬਾਈ ਨੇ ਤਾਂ ਲਾਤਾ ਹੁਣ ਝੋਨਾ, ਉਹ ਤਾਂ ਹੁੰਦਾ ਖੇਤ, ਭੈਣ ਇਕੱਲੀ ਉਹ, ਉਹਨੂੰ ਮਾਰ ਕੇ 4 ਮਿੱਠੀਆਂ ਲੈ ਆਵਾਂਗੇ। ਸਮਾਨ ਦਾ ਹੱਲ ਤਾਂ ਕਿਰਾਂ ਕਰੀਏ, ਹੁਣ ਤਾਂ ਨਹੀਂ ਮਰ ਜਾਵਾਂਗੇ ਜਮਾਂ ਸਮਾਨ ਤੋਂ ਬਿਨਾਂ ਤਾਂ। ਸਰੀਰ ਤਾਂ ਪਹਿਲਾਂ ਰੁੱਟੂ ਰੁੱਟੂ ਕਰੀ ਜਾਂਦਾ ਹੈਗਾ। ਉੱਤੋਂ ਲਪਤੰਦਰ 200 ਰੁਪਈਆ ਦਾ ਕੀ ਦੇਣਾ ਸੀ, ਕਹਿੰਦਾ ਮੇਰੇ ਨਾਲ ਆ ਬਾਟੀ ਬਚਾ ਜਾ, ਵੀ ਸਮਾਨ ਮੇਰਾ ਨਹੀਂ ਖਾਧਾ, ਸਰੀਰ ਮੇਰਾ ਟੁੱਟੂ ਰੁੱਟੂ ਕਰੀ ਜਾਂਦਾ, ਮੈਂ ਬੱਟ ਤੇਰੇ ਨਾਲ ਕਿੱਥੋਂ ਪਹੁੰਚਾ ਦੂੰਗਾ। ਜਦੋਂ ਤੂੰ ਹੱਲ ਕਰ ਦੇ ਪਹਿਲਾਂ, ਫਿਰ ਤਾਂ ਚਾਹੇ 4 ਪਹੁੰਚਾ ਲਈ, ਹੁਣ ਤਾਂ ਫਿਰ ਭੈਣ ਕੋਲ ਹੀ ਚੱਲਦੇ ਹਾਂ, ਉਸੇ ਨੂੰ 4 ਮਿੱਠੀਆਂ ਮਾਰ ਕੇ 200 ਦਾ ਹੱਲ ਕਰਦੇ ਹਾਂ। ਹੋ ਗਿਆ ਚਾਹ ਦਾ ਟਾਈਮ? ਚਾਹ ਦਾ ਟਾਈਮ ਤਾਂ ਨਹੀਂ ਹੋਇਆ ਜੀ। ਮੇਰੀ ਗੱਲ ਸੁਣੋ, ਮੈਂ ਜੇ ਚਾਹ ਨਾ ਤਾਂ ਜਲਦੀ ਕਰ ਲਈ, ਕੱਲ ਮੈਂ ਲੇਟ ਹੋ ਗਈ ਸੀ। ਅੱਛਾ ਅੱਛਾ। ਮੁੜ ਕੇ ਮੈਨੂੰ ਆਇਆ ਘਰੇ ਆ ਕੇ ਵੀ ਮੈਨੂੰ 100 ਕੰਮ ਧੰਦੇ ਹੋ ਜਾਂਦੇ ਆ, ਤੁਹਾਨੂੰ ਪਤਾ ਸ਼ਾਮ ਨੂੰ ਕਦੇ ਕੂਲਰ 'ਚ ਪਾਣੀ ਪਾਉਣਾ, ਸਾਰਾ ਕੁਛ ਹੀ ਹੁਣ ਤੁਹਾਨੂੰ ਪਤਾ ਮੇਰੇ ਸਿਰ 'ਚ ਹੀ ਆ, ਤਾਂ ਕਰਕੇ ਮੈਂ ਆਖਿਆ ਮੈਂ ਉਸ ਹਿਸਾਬ ਨਾਲ ਛੇਤੀ ਮੁੜ ਆਉਂਗੀ। ਨਾੜਾ ਵਗ ਜਾ ਕੋਈ ਨਾ, ਨਾਲੇ ਉਹੀ ਗੱਲ ਆ ਉਧਰੋਂ ਵਾਹਣ 'ਚ ਜਾਣਾ, ਲੇਟ ਹੋਇਆ ਤਾਂ ਸਮਾਂ ਹੈ ਨਹੀਂ ਨਾ, ਆਪਦਾ ਟਾਈਮ ਨਾਲ ਜਾ ਕੇ ਟਾਈਮ ਨਾਲ ਆ ਜਾ ਕੰਮ ਕਰਵਾ ਕੇ। ਹਾਂਜੀ ਇਹ ਤਾਂ ਹੈਗਾ, ਬਾਕੀ ਤੁਸੀਂ ਨਾ ਧਿਆਨ ਰੱਖਿਓ, ਹੁਣ ਨਹਾਉਣ ਨੂੰ ਨਾ ਦੁਬਾਰੇ ਲੱਗ ਜਾਓ ਗਰਮੀ ਕਰਕੇ। ਨਹੀਂ ਹੁਣ ਤਾਂ ਦਰਦ ਹੈ ਹੀ ਨਹੀਂ ਪੈਰ 'ਚ, ਕੋਈ ਦਿੱਕਤ ਨਹੀਂ ਹੈਗੀ। ਨਾਲੇ ਖੋਲ ਕੇ ਦੇਖੋ ਪੱਟੀ ਮਾੜਾ ਮੋਟਾ ਤੁਰ ਕੇ, ਐਂ ਤਾਂ ਐਂ ਵੀ ਤੁਰਿਆ ਜਾਊਗਾ, ਦੇਖ ਲੂੰਗਾ, ਹਜੇ ਤਾਂ ਜੀ ਨਹੀਂ ਕਰਦਾ, ਬਸ ਉਹ ਡਰ ਜਾ ਮਨ 'ਚ ਵੀ ਕਿਤੇ ਫੇਰ ਨਾ ਉਹ ਹੋ ਜੇ। ਠੀਕ ਆ, ਇੱਕ ਕੰਮ ਹੋਰ ਕਰਦੀ, ਹਾਂਜੀ ਦਵਾਈਆਂ ਵਾਲਾ ਲਿਫਾਫਾ ਜਾ ਮੈਨੂੰ ਇੱਥੇ ਹੀ ਫੜਾ ਜੀ। ਉਹ ਤਾਂ ਮੈਂ ਫੜਾ ਜਾਂਦੀ ਹਾਂ ਜੀ, ਕੋਈ ਨਹੀਂ ਜਾਂਦੀ, ਤੁਸੀਂ ਚਾਹ ਪੀ ਲਓ, ਫਿਰ ਨਾ ਮੈਂ ਭਾਂਡੇ ਰੱਖ ਕੇ ਹੀ ਵਗ ਜੂੰਗੀ, ਫਿਰ ਇੱਥੇ ਪਏ ਰਹਿਣਗੇ, ਮੱਖਣਾ ਤੁਹਾਨੂੰ ਇੱਥੇ ਬੈਠਿਆਂ ਨੂੰ ਤੰਗ ਕਰੀ ਜਾਣਗੇ। ਚੱਲ ਕੋਈ ਗੱਲ ਨਹੀਂ, ਭਾਂਡੇ ਤਾਂ ਮੈਂ ਦੇਖ ਲੂੰਗਾ, ਦਵਾਈ ਜੀ ਲੈ ਕੇ ਕੇਰਾ ਦਰਦ ਬੰਦ ਹੋ ਜਾਂਦਾ, ਫਿਰ ਮੈਂ ਉਸ ਹਿਸਾਬ ਨਾਲ ਕਰ ਲੂੰਗਾ। ਤੇ ਬਾਈ ਨੂੰ ਮੈਂ ਤੈਨੂੰ ਦੱਸ ਹੀ ਦਿੱਤਾ ਸੀ। ਉਹ ਤਾਂ ਤੂੰ ਕੋਈ ਨਾ, ਮੈਂ ਵੀ ਉਹ ਦੇਖਦਾ, ਕੱਲ ਨੂੰ ਜੇ ਮੇਰਾ ਪੈਰ ਜਿਹਾ ਸਹੀ ਰਿਹਾ ਨਾ ਮੈਂ ਖੇਤ ਜਾ ਕੇ ਆਊਂਗਾ ਹੈਪੀ ਕੋਲ। ਮੈਂ ਕਹਿੰਦੀ ਹਜੇ ਰਹਿਣ ਦਿਓ ਜੀ, ਜੇ ਕੋਈ ਕਚਰਾ ਕੁਚਰਾ ਵੜ ਗਿਆ ਪੈਰ 'ਚ ਫਿਰ ਫਿਰ ਵੱਡਾ ਨੁਕਸਾਨ ਹੋ ਜੂ, ਹੁਣ ਤਾਂ ਸਮਾਂ ਆਰਾਮ ਆਉਂਦਾ ਜਾਂਦਾ ਮਸਾਂ ਤਾਂ। ਉਹ ਆਰਾਮ ਹੀ ਆ, ਮਾੜਾ ਮੋਟਾ ਖੇਤ ਜਾ ਬੰਨੇ ਜਾਵਾਂਗੇ, ਕੰਮ ਧੰਦੇ ਕਰਾਂਗੇ, ਲੋਕਾਂ 'ਚ ਬੈਠਾਂਗੇ, ਉਹ ਜਿਹਾ ਮਨ ਜਿਹਾ ਹੋ ਜਾਂਦਾ, ਨਾ ਕੰਮ ਕਰੂੰਗਾ ਬੈਠਾ ਰਹੂੰਗਾ, ਨਾਲੇ ਤਾਂ ਤੋਰਾ ਫਿਰ ਜਾ ਕਰੋ ਨਾ, ਉਹ ਬਹਿ ਜਾ ਕਰੋ ਜਾ ਕੇ ਬੰਦਿਆਂ ਦੇ ਵਿੱਚ, ਕੋਈ ਜ਼ਰੂਰਤ ਨਹੀਂ ਹਜੇ ਕੰਮ ਕਰਨਾ, ਜਿੱਥੇ ਆਪਾਂ ਇੰਨਾ ਟਾਈਮ ਕੱਢ ਲਿਆ ਉੱਥੇ 10-20 ਦਿਨ ਹੋਰ ਸਹੀ। ਉਹ ਬੈਠਿਆ ਨਹੀਂ ਜਾਂਦਾ ਹੈਗਾ, ਕੰਮ ਕਾਰ ਵਾਲੇ ਬੰਦੇ ਤੋਂ ਤਾਂ ਜਮਾਂ ਹੀ ਨਹੀਂ ਬੈਠਿਆ ਜਾਂਦਾ ਹੈਗਾ, ਬੈਠ ਬੈਠ ਕੇ ਨਾ ਮੈਂ ਤਾਂ ਅੱਕਿਆ ਪਿਆ,
ਚੱਲ ਕੋਈ ਨਾ, ਮੈਂ ਕੱਲ ਨੂੰ ਦੇਖੂਗਾ ਔਖਾ ਸੌਖਾ ਹੈਪੀ ਕੋਲ ਜਾ ਕੇ ਆਊਂਗਾ। ਤੂੰ ਜਾ ਆਇਓ, ਹਜੇ ਕੰਮ ਨਾ ਲੱਗੋ ਕੋਈ। ਚੱਲ ਨਹੀਂ ਲੱਗਦਾ ਹੈਗਾ, ਅੱਜ ਵੀ ਮੈਂ ਦੇਖੂੰਗਾ, ਬਾਅਦ 'ਚ ਨਾ ਬਿਨਾਂ ਬਾਕਰ ਤੋਂ ਤੁਰ ਕੇ ਦੇਖੂੰਗਾ। ਕਹਿੰਦੇ ਜੀ ਫੜ ਕੇ ਜੇ ਤੁਰਿਆ ਗਿਆ, ਕਿਉਂ ਡਾਕਟਰ ਨੇ ਕਿਹਾ ਸੀ ਵੀ ਬੇਫਿਕਰ ਹੋ ਜਾ, ਹੱਡੀ 'ਚ ਮਾਸ ਹੀ ਪੱਟ ਹੈ ਹੁਣ ਤਾਂ, ਹੱਡੀ ਤਾਂ ਜੁੜੀ ਹੋਈ ਹੈ। ਇਕੱਲੇ ਨਾ ਤੁਰ ਕੇ ਦੇਖਿਓ, ਜਦੋਂ ਮੈਂ ਆ ਗਈ ਨਾ ਉਦੋਂ ਮੇਰੇ ਸਹਾਰੇ ਨਾਲ ਤੁਰ ਕੇ ਦੇਖਿਓ ਜਾਂ ਤਾਂ, ਤੇ ਜਾਂ ਕੰਧ ਨੂੰ ਹੱਥ ਪਾ ਕੇ ਮੈਂ ਕੋਲੇ ਤਾਂ ਹੋਵਾਂ। ਚੱਲ ਕੋਈ ਗੱਲ ਨੀ, ਆ ਮੇਰੀ ਚਾਹ ਨਾ ਥੱਲੇ ਰੱਖ ਦੇ, ਮੈਂ ਕਿਹੜਾ ਥੋੜੀ ਜੀ ਪੀ ਲਈਏ, ਬਾਕੀ ਦਵਾਈ ਲੈ ਕੇ ਫੇਰ ਪੀਊਂਗਾ। ਹਜੇ ਹੋਰ ਪੀਣੀ ਆ? ਹਾਂ ਭਈ ਰਹਿਣ ਦੇ ਚਾਹ ਨੂੰ ਇੱਥੇ, ਜਾ ਆ ਫਿਰ, ਕਾਹਨੂੰ ਲੇਟ ਹੋਈ ਜਾਂਦੀ ਆ ਤੂੰ ਬਾਬ, ਫਿਰ ਮੁੜਨਾ ਵੀ ਹੈ। ਹਾਂਜੀ ਮੈਂ ਜਾਂਦੀ। ਹਾਂ ਉਹ ਮੈਂ ਫੜਾ ਜਾਂਦੀ ਹਾਂ ਲਿਫਾਫਾ ਜਿਹਾ। ਫੜਾ ਜਾ ਫੜਾ ਜਾ, ਇਹਨੂੰ ਵੀ ਵਿਚਾਰੀ ਨੂੰ ਮੈਂ ਤਾਂ ਬਿਵਤਾ ਪਾ ਰੱਖੀ ਆ, ਉਹੀ ਗੱਲ ਆ। ਚੱਲ ਕਿਹੜਾ ਕੋਈ ਬਗਾਨਾ ਘਰ ਆ, ਉਹ ਵੀ ਆਪਦਾ ਘਰ ਹੀ ਹੈ ਜੇ ਕੰਮ ਕਰਦੀ ਹੈ ਤਾਂ। ਲੈ ਆਹ ਲੈ, ਨਾਟਕ 'ਚ ਕੀ ਕੁਛ ਹੋਈ ਜਾਂਦਾ ਹੈ, ਕਿਹੋ ਜਿਹਾ ਸੀਰੀਅਲ ਹੈ ਬੂ। ਆਹ ਨੌਕਰਾਣੀ ਘਰ ਦੀ ਮਾਲਕਣ ਬਣ ਕੇ ਬੈਠ ਗਈ, ਉਹ ਕਿਤੇ ਮੇਰੀ ਜ਼ਿੰਦਗੀ 'ਚ ਵੀ ਨਾ ਹੀ ਹੋ ਜੇ, ਕਿ ਮੈਂ ਉਹੀ ਸ਼ੱਕ ਕਰੀ ਜਾਂਦੀ ਹਾਂ। ਉਹ ਪਰਮੀਤ ਤਾਂ ਇਹੋ ਜਿਹੀ ਹੈ, ਪਰ ਮੇਰਾ ਬੰਦਾ ਵੀ ਨਹੀਂ ਇਹੋ ਜਿਹਾ। ਕਿਤੇ ਚਲ ਹੋਰ ਲਾਉਣੀ ਮਦਦ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ, ਹੋਰ ਕਿਵੇਂ ਆ? ਵਧੀਆ ਠੀਕ ਠਾਕ। ਘੱਟ ਵੱਧ ਖੜੀ ਦਾ ਕੰਮ ਧੰਦਾ ਸੀ, ਜਿੰਨਾ ਟਾਈਮ ਉਹਨਾਂ ਟਾਈਮ ਮੈਂ ਕਰਾਤਾ ਨਾਲ, ਹੁਣ ਬਸ ਵਿਹਲੇ ਵਾਂਗੂ ਹੀ। ਤੂੰ ਤਾਂ ਸਦਾ ਹੀ ਵਿਹਲਾ ਰਹਿੰਦਾ, ਮੈਨੂੰ ਪਤਾ ਹੀ ਹੈ ਕਿਹੜੇ ਤੂੰ ਕੰਮ ਕਰਦਾ, ਕਿੰਨਾ ਨਾਲ ਤੇਰੀ ਬੈਠਣੀ ਉੱਠਣੀ ਆ। ਮੈਨੂੰ ਇਹ ਗੱਲਾਂ ਤਾਂ ਨਾ ਇੱਥੇ ਤੀਕਰ ਮੇਰੇ ਕੋਲੇ ਸੀਆਈਡੀ ਪਹੁੰਚ ਜਾਂਦੀ ਹੁੰਦੀ ਹੈ। ਤੇਰਾ ਬਾਈ ਮੈਨੂੰ ਕਹਿੰਦਾ ਹੁੰਦਾ, ਉਹ ਫਿਰਦਾ ਸੀ ਆਪਣੇ ਵਾਲਾ ਕੁਕਰਾ ਸ਼ਹਿਰ 'ਚ। ਉਹ ਭੈਣੇ ਤੂੰ ਤਾਂ ਐਵੇਂ ਗਰ ਲੱਗ ਜਾਂਦੀ ਆ, ਹੁਣ ਆਹੀ ਤਾਂ ਉਮਰ ਹੈਗੀ, ਜੇ ਹੁਣ ਨਾ ਸ਼ਹਿਰ 'ਚ ਜਾਵਾਂ ਕੋਈ ਗੇੜੇ ਛੇੜੇ ਲਾਵਾਂਗੇ, ਫਿਰ ਇਦੂ ਬਾਅਦ ਬੁਢਾਪੇ 'ਚ ਜਾ ਕੇ ਥੋੜ੍ਹੀ ਉਹ ਕਰਾਂਗੇ, ਜਦੋਂ ਵਿਆਹ ਹੋ ਗਿਆ ਫਿਰ ਤਾਂ ਬੰਦੇ ਤੋਂ ਆਪ ਹੀ ਨਹੀਂ ਘਰੋਂ ਨਿਕਲਿਆ ਜਾਂਦਾ। ਉਹ ਚੱਲ ਇੱਕ ਗੱਲ ਹੈਗੀ ਆ ਪ੍ਰਗਟ, ਚਲੋ ਮੈਨੂੰ ਹੁਣ ਸਾਲਕ ਦਾ ਹੌਂਸਲਾ ਵੀ ਹੈ ਹੋ ਗਿਆ, ਵੀ ਚੱਲ ਤੂੰ ਪਹਿਲਾਂ ਨਾਲੋਂ ਤੇਰਾ ਬਾਹਲਾ ਫਰਕ ਪੈ ਗਿਆ, ਹੁਣ ਤਾਂ ਮੈਨੂੰ ਮਾਂ। ਹਾਮੀ ਤਾਂ ਆ ਜਾ। ਤਿੰਨ ਕੱਪ ਨਾ ਚਾਹ ਦੇ ਬਣਾ ਲੈ, ਮੇਰਾ ਭਰਾ ਹਜੇ ਹੁਣੀ ਆ ਕੇ ਬੈਠਾ। ਕੋਈ ਨੀ ਭੈਣੇ ਮੈਂ ਤੁਹਾਨੂੰ ਚਾਹ ਬਣਾ ਦਿੰਦੀ ਹਾਂ, ਮੈਂ ਤੈਨੂੰ ਪੀ ਕੇ ਆਈ ਸੀ। ਉਹ ਕੋਈ ਨਾ ਘੁੱਟ ਤੂੰ ਪੀ ਲੈਂਗੀ, ਕੀ ਫਰਕ ਪੈਂਦਾ, ਕੰਮ ਤਾਂ ਹੋ ਹੀ ਜਾਣਗੇ, ਬਿੰਦ ਲੇਟ ਕਰ ਲਾਂਗੀਆਂ ਆਪਾਂ ਕੰਮ। ਠੀਕ ਆ ਭੈਣੇ, ਕੋਈ ਨੀ ਧਰ ਦਿੰਦੇ। ਇਹੀ ਕਿਉਂ ਭੈਣੇ, ਕੰਮ ਵਾਲੀ ਰੱਖ ਲਈ ਕੋਈ? ਕੰਮ ਵਾਲੀ ਤਾਂ ਕਾਹਨੂੰ ਹੈ ਪ੍ਰਗਟ, ਇਹ ਨਾ ਆਪਣੇ ਤਾਏ ਦੀ ਨੂੰਹ ਹੈ। ਅੱਛਾ, ਫਿਰ ਇਹ ਚਾਹ ਚੋ ਜੀ ਕਿਵੇਂ ਆਖੀ ਜਾਂਦੀ ਬਣਾਉਣ ਨੂੰ? ਇਹ ਤੈਨੂੰ ਦੱਸਦੀ ਆ ਨਾ, ਇਹਦੇ ਘਰ ਵਾਲੇ ਦੀ ਵੱਜੀ ਸੱਟ। ਅੱਛਾ, ਤੇ ਉਹ ਵਿਚਾਰਾ ਉਹੀ ਕੰਮ ਤੇ ਲੱਗਿਆ ਸੀ ਤੇ ਹੁਣ ਘਰੇ ਬੈਠ ਗਿਆ ਜਿੱਦਣ ਦੀ ਸੱਟ ਵੱਜੀ ਹੈ, ਤੇ ਇਹਨਾਂ ਨੂੰ ਪੈਸਿਆਂ ਦੀ ਲੋੜ ਸੀ ਤੇਰੇ ਬਾਈ ਕੋਲੇ ਆ ਕੇ ਪੈਸੇ ਲੈਣ, ਤੇ ਫਿਰ ਤੇਰੇ ਬਾਈ ਨੇ ਇਹਨੂੰ ਮੀਤ ਨੂੰ ਕਹਿ ਹੀ ਦਿੱਤਾ, ਇਹਦਾ ਨਾਮ ਮੀਤ ਹੈ ਕੁੜੀ ਦਾ। ਅੱਛਾ, ਵੀ ਭਾਈ ਮੀਤ ਆ ਵੀ ਤੇਰੀ ਭੈਣ ਔਖੀ ਹੁੰਦੀ ਆ, ਤੈਨੂੰ ਪਤਾ ਹੀ ਆ ਵੀ ਮੇਰੇ ਨਾਲ ਕੀ ਕੁਛ ਹੋ ਕੇ ਹਟਿਆ ਹੁਣ। ਓਏ ਉਹ ਤਾਂ ਠੀਕ ਹੈ ਭੈਣੇ, ਪਰ ਅਗਲੇ ਦਾ ਕੋਈ ਪਤਾ ਨਹੀਂ ਹੁੰਦਾ ਹੈਗਾ, ਇੱਥੇ ਮਜਬੂਰੀ ਤਾਂ ਭਾਵੇਂ ਸੀਗੀ, ਚਲ ਉਹਨਾਂ ਦੀ ਹੁਣ ਪੈਸਿਆਂ ਦੀ ਲੋੜ ਸੀਗੀ, ਹੁਣ ਅਗੇ ਤਾਂ ਕੋਈ ਚੀਜ਼ ਚੱਕ ਕੇ ਲੈ ਜਾਣ ਇੱਥੋਂ। ਕੋਈ ਚੀਜ਼ ਤਾਂ ਕੀ ਚੱਕ ਕੇ ਲੈ ਕੇ ਜਾਣੀ ਆ, ਮੇਰੀ ਗੱਲ ਸੁਣ, ਇਹਨਾਂ ਨੂੰ ਵੀ ਐਂ ਸੀ ਵੀ ਪੈਸਿਆਂ ਦਾ ਉਹ ਸਰਜੇ, ਤੇ ਪਰ ਆਪਾਂ ਤਾਂ ਇਹਨਾਂ ਨੂੰ ਐਂ ਕਿਹਾ ਸੀ ਵੀ ਭਾਈ ਸਾਡੇ ਰੋਟੀ ਟੁੱਕ ਤੇ ਤੂੰ ਪੈਸਿਆਂ ਤੇ ਲੱਗ ਜੀ, ਇਹ ਕਹਿੰਦੇ ਭਾਈ ਅਸੀਂ ਜੇ ਪੈਸਿਆਂ ਤੇ ਕੰਮ ਕਰਾਉਂਦੇ ਹੋ ਤਾਂ ਅਸੀਂ ਨਹੀਂ ਲੱਗਦੇ। ਮੈਂ ਚੱਲ ਕੋਈ ਨਾ ਭਾਈ, ਆਪੇ ਹੈਪੀ ਕਰ ਲੂਗਾ ਤੁਹਾਡੇ ਨਾਲ ਸਾਹਿਬ। ਪਰ ਆਪਦਾ ਤੁਸੀਂ ਫਿਰ ਵੀ ਮਾੜਾ ਜਿਹਾ ਧਿਆਨ ਰੱਖਿਆ ਕਰੋ, ਜਦੋਂ ਅਗਲਾ ਸਾਰਾ ਦਿਨ ਘਰ 'ਚ ਫਿਰਦਾ ਰਹਿੰਦਾ ਹੈਗਾ, ਇਕੱਲੀ ਇਕੱਲੀ ਚੀਜ਼ ਦਾ ਪਤਾ ਲੱਗ ਜਾਂਦਾ ਉਹਨੂੰ, ਆਪਦਾ ਕੋਈ ਗਹਿਣਾ ਗੱਟਾ ਰੁਪਈਏ ਰੁਪਏ ਸਾਂਭ ਕੇ ਰੱਖਿਆ ਕਰੋ ਮਾੜੇ ਮੋਟੇ। ਉਹ ਤੂੰ ਤਾਂ ਮੈਨੂੰ ਉਹੀ ਡਰਾਈ ਜਾਂਦਾ,
ਪ੍ਰਗਟ ਉਹ ਅੱਜ ਕੱਲ ਪਤਾ ਕਿਸੇ ਦਾ ਨਹੀਂ ਭੈਣੇ, ਡਰਾਈ ਕਿਉਂ ਜਾਣਾ ਗਾ, ਜਿਹੜੀ ਗੱਲ ਆ ਮੈਂ ਤਾਂ ਤੈਨੂੰ ਉਹ ਕਹਿਣਾ ਗਾ। ਹਾਂ ਪਰ ਉਹ ਪਤਾ ਤਾਂ ਕੁਛ ਨਹੀਂ ਹੁੰਦਾ, ਤੇ ਹੋਰ ਹੁਣ ਅਗਲੇ ਨੂੰ ਪੈਸਿਆਂ ਦੀ ਲੋੜ ਹੈਗੀ, ਅਗਲਾ ਫਿਰ ਤੁਹਾਡਾ ਕੀ ਲੱਗਿਆ ਜਦੋਂ ਅਗਲੇ ਨੂੰ ਪੈਸਿਆਂ ਦੀ ਲੋੜ ਹੈਗੀ, ਅਗਲਾ ਇੱਥੋਂ ਭਾਵੇਂ ਕੋਈ ਚੀਜ਼ ਚੱਕ ਕੇ ਲੈ ਜੇ। ਉੱਪਰ ਆ ਗਿਆ ਸੋਹਣੀ ਹੈ, ਐਂ ਹੱਥ ਦੀ ਬਣੀ ਰੋਟੀ ਵੀ ਚੰਗੀ ਲੱਗਦੀ ਹੈ। ਓਏ ਉਹ ਤਾਂ ਚੱਲ ਠੀਕ ਹੈ, ਕਰ ਲਾ ਤੁਹਾਨੂੰ ਵੀ ਚੱਲ ਸੁੱਖ ਹੋ ਜਾਂਦਾ ਸਮਾਂ ਦੀ ਕੰਮ 'ਚ, ਮੈਂ ਤਾਂ ਜਿਹੜੀ ਗੱਲ ਆ ਤੁਹਾਨੂੰ ਉਹ ਕਹਿੰਦਾ ਸੀਗਾ, ਬਾਕੀ ਤੁਹਾਡੀ ਮਰਜ਼ੀ ਰਹੇਗੀ। ਚੱਲ ਛੱਡ ਪਰਾਂ ਤੂੰ ਮੈਨੂੰ, ਇਹ ਗੱਲਾਂ ਤਾਂ ਮੇਰੇ ਦਿਮਾਗ 'ਚ ਨਾ, ਮੈਂ ਪਹਿਲੇ ਹੀ ਨਾਟਕ ਦੇਖ ਦੇਖ ਕੇ ਹੋਰ ਹੀ ਦਿਮਾਗ ਹੋਇਆ ਪਿਆ, ਤੂੰ ਉਦੋਂ ਚੱਕੀ ਜਾਂਦਾ, ਅਤੇ ਤੂੰ ਕਿਵੇਂ ਆਉਣਾ ਹੋਇਆ ਤੇਰਾ? ਉਹ ਆਉਣਾ ਤਾਂ ਕਿਵੇਂ ਨਹੀਂ, ਬਸ ਮੈਂ ਤਾਂ ਮਿਲਣ ਆ ਗਿਆ ਸੀਗਾ, ਬਾਕੀ ਮੈਨੂੰ ਨਾ ਥੋੜ੍ਹੇ ਜਿਹੇ ਰੁਪਈਆਂ ਦੀ ਲੋੜ ਸੀਗੀ ਭੈਣੇ। ਅੱਛਾ, ਮੈਨੂੰ 5,000 ਰੁਪਈਆ ਚਾਹੀਦਾ ਸੀਗਾ। ਤੈਨੂੰ ਕਦੇ ਪੈਸਿਆਂ ਦੀ ਲੋੜ ਹੁੰਦੀ ਕਦੇ ਨਹੀਂ ਹੁੰਦੀ ਹੈ? ਮੈਨੂੰ ਤਾਂ ਸਮਝ ਤੋਂ ਬਾਹਰ ਹੋਇਆ ਪਿਆ ਮੇਰਾ ਦਿਮਾਗ ਤਾਂ, ਕਿਤੇ ਤੂੰ ਆਏ ਊਆ ਮਿਲਣਾ ਆ ਮੇਰੇ ਕੋਲੇ ਵੀ, ਭੈਣੇ ਅੱਜ ਮੈਂ ਤੇਰੇ ਕੋਲੇ ਖੁਸ਼ੀ ਨਾਲ ਆਇਆ ਵੀ ਮੇਰੀ ਭੈਣ ਦੇ ਘਰੇ ਆਇਆ। ਉਹ ਤੈਨੂੰ ਪਤਾ ਤਾਂ ਹੈਗਾ, ਫਿਰ ਘਰੇ ਤਾਂ ਜਿਵੇਂ ਮਾਂ ਤੋਂ 100 ਰੁਪਈਆ ਵੀ ਮੰਗ ਲਾ ਉਹ ਵੀ ਮੈਨੂੰ 100 ਦੇਣ ਵੇ ਲੱਗੀ ਵੀ 100-100 ਗੱਲਾਂ ਕਹਿ ਦਿੰਦੀ ਹੈਗੀ, ਹੁਣ ਫਿਰ ਤੁਹਾਨੂੰ ਨਾ ਕਹੂੰਗਾ ਹੋਰ ਮੈਂ ਕਿਹਨੂੰ ਕਹੂੰਗਾ। ਚੱਲ ਕੋਈ ਨਾ, ਮੇਰੀ ਗੱਲ ਸੁਣ, ਪੈਸੇ ਮੇਰੇ ਕੋਲੇ ਕਿਹੜਾ ਹੈਗੇ ਆ, ਕਿੰਨੇ ਕੁ ਪੈਸਿਆਂ ਦੀ ਲੋੜ ਹੈ ਤੈਨੂੰ? ਆਖੀ ਤਾਂ ਜਾਣਾ 5,000 ਦੀ ਲੋੜ ਹੈਗੀ। 5,000? ਉਹ ਕੋਈ ਨਾ ਮੋੜ ਦੂੰਗਾ ਮੈਂ। ਇਹ ਮੋੜਨ ਦੀ ਗੱਲ ਨਹੀਂ, ਮੈਂ ਤੈਨੂੰ ਕਹੀ, ਮੈਂ ਤਾਂ ਤੈਨੂੰ ਐਂ ਕਹਿੰਦੀ ਆ ਪੈਸੇ ਨਾ ਤੇਰੇ ਬਾਈ ਕੋਲੇ ਹੁੰਦੇ ਆ, ਮੇਰੇ ਕੋਲੇ ਤਾਂ ਕਿਹੜੇ ਪੈਸੇ ਹੁੰਦੇ ਆ? ਬਾਈ ਨੂੰ ਤਾਂ ਨਹੀਂ ਮੈਂ ਫਿਰ ਪੁੱਛਣ ਲੱਗਿਆਗਾ, ਬਾਈ ਦਾ ਤੈਨੂੰ ਪਤਾ ਹੈਗਾ ਉਹ ਤਾਂ ਮੇਰੇ ਗੱਲ ਪੈ ਜੂ ਉਲਟਾ, ਉਹਨੇ ਕਿਹੜੇ ਰੁਪਈਏ ਦੇਣੇ ਹੈਗੇ, ਤੂੰ ਜੇ ਤੇਰੇ ਕੋਲੇ ਹੈਗੇ ਤਾਂ ਤੂੰ ਦੇ ਰੁਪਈਏ। ਮੇਰੀ ਗੱਲ ਤਾਂ ਸੁਣ ਲਾ, ਹੁਣ ਝੋਨਾ ਲੱਗੀ ਜਾਂਦਾ ਆਪਣੇ ਖੇਤ। ਅੱਛਾ, ਤੇ ਜੇ ਤੂੰ 2-4 ਦਿਨ ਰਹੇਗਾ ਉਹਦੇ ਨਾਲ ਕੰਮ ਕੁੰਮ ਕਰਾਏਗਾ ਤੇ ਉਹ ਤੈਨੂੰ ਪੈਸੇ ਦੇ ਦੂਗਾ, ਨਾਲੇ ਉਹਦਾ ਚਿੱਤ ਖੁਸ਼ ਕਰ ਜਾ, ਆਈ ਵਾਰ ਉਹਨਾਂ ਟਪੂ ਟਪੂ ਕਰਦਾ ਮੁੜ ਜਾ। ਉਹ ਕੰਮ ਵਾਲੇ ਬਸ ਤਾਂ ਪਹਿਲਾਂ ਮਸਾ ਇੰਨਾ ਝੋਨਾ ਲਾ ਕੇ 10 ਕਿੱਲੇ ਵਿਹਲੇ ਹੋਏ ਸੀਗੇ, ਹੁਣ ਫੇਰ ਤੂੰ ਅੱਗੇ ਦਾ ਕੰਮ ਆ, ਕੰਮ ਨੂੰ ਤੂੰ ਦੱਸ ਕੀ ਬੰਦਾ ਬੰਦਾ ਲਾ ਲਓ ਤੁਸੀਂ। ਮੇਰੀ ਗੱਲ ਸੁਣ ਲਾ, ਕੱਲਾ ਟਰੈਕਟਰ ਤੇ ਬੈਠ ਕੇ ਕੱਦੂ ਕਰਨਾ ਜਾਂ ਚਾਹ ਪਾਣੀ ਫੜਾਉਣਾ? ਇੰਨੇ ਕੰਮ ਨਾਲ ਵੀ ਜੇ ਤੂੰ ਥੱਕਦਾ, ਇੱਕ 5,000 ਰੁਪਇਆ ਮੈਂ ਤੇਰੇ ਬਾਈ ਤੋਂ ਵੀ ਦਵਾ ਦੂੰ। ਮੈਂ ਕਿ ਵੀ ਚੱਲ ਜਵਾਕ ਨੇ ਘੁੰਮਣ ਫਿਰਨ ਜਾਣਾ, ਹੋਰ ਕੀ ਕਰਨਾ ਤੂੰ? ਪਰ ਮੈਨੂੰ ਕੋਈ ਬੋਲੇ ਨਾ ਕੁਛ ਵੀ ਬਾਈ, ਮੇਰੇ ਹੁੰਦੇ ਤੈਨੂੰ ਕੌਣ ਬੋਲੂਗਾ? ਚੱਲ ਕੋਈ ਨਾ, ਫਿਰ ਮੈਂ ਦੇਖ ਲਊ ਔਖਾ ਸੌਖਾ ਜਿੰਨਾ ਕੁ ਹੋਇਆ ਫਿਰ ਉਹਨਾਂ ਕੋ ਕਰਾ ਦੂੰਗਾ। ਚੱਲ ਕੋਈ ਨਾ, ਤੂੰ ਰਹੀ ਮੇਰੇ ਕੋਲੇ 2-4 ਦਿਨਾਂ 'ਚ ਵੇਖ ਤੇਰੇ ਬਾਈ ਨੂੰ ਮੈਂ ਆਪੇ ਵਰਿਆ ਦੂੰਗੀ, ਉਹਨੂੰ ਪਤਾ ਹੀ ਹੈ ਮੈਨੂੰ, ਫਿਰ ਉਹਦੇ ਮੂੰਹੋਂ ਗੱਲਾਂ ਇਹੋ ਜਿਹੀਆਂ ਸੁਣਾਉਂਦਾ ਮੈਨੂੰ, ਫਿਰ ਮੈਨੂੰ ਸੁਣਨੀਆਂ ਔਖੀਆਂ ਹੋ ਜਾਂਦੀਆਂ। ਉਹ ਫਿਰ ਬਾਹਲਾ ਟਾਈਮ ਨਾ ਉਹਨੂੰ ਕਹੀਂ ਵੀ ਕਿਤੇ ਇੱਥੇ, ਉਹਨੂੰ ਕਹਿ ਦੇ ਵੀ ਦੱਸ ਦੇਣਾ ਇੱਥੇ ਰਹੂਗਾ, ਇੱਕ ਅੱਧਾ ਦਿਨ ਹੀ ਕਹਿ ਦੇ, ਇੱਕ ਅੱਧਾ ਦਿਨ ਹੀ ਗਾ ਕੇ ਫਿਰ ਮੈਂ ਬਾਗ ਜੀ ਨੂੰ ਸਮਾ ਦੇ। ਚੱਲ ਕੋਈ ਨਾ, ਆਏ ਕਰਦੇ ਆਪਾਂ, ਨਾਲੇ ਤਾਂ ਉੱਥੇ ਮੈਂ ਉਹਦੇ ਨਾਲ ਮਾੜਾ ਮੋਟਾ ਕੰਮ ਧੰਦਾ ਕਰਾ ਦਿੰਦੀ ਹਾਂ ਤੇ ਨਾਲੇ ਆਪਾਂ ਚਾਹ ਪਾਣੀ ਉੱਥੇ ਪੀ ਲੈਂਦੇ ਹਾਂ। ਹਾਂ ਚਲ ਆ ਜਾ, ਹੋਰ ਚੱਲ ਖੜਾ ਹੋ, ਨਾਲੇ ਉਹਦਾ ਪਤਾ ਲੱਗ ਜੂ ਕੀ ਕਰੀ ਜਾਂਦੀ ਹੈ। ਪ੍ਰਗਟ? ਹਾਂ ਭੈਣੇ। ਮੈਂ ਨਾ ਤੇਰੇ ਬਾਈ ਦੀ ਚਾਹ ਪਾਇਆ ਸੀ ਖੇਤ ਵਾਸਤੇ, ਤੇ ਨਾਲੇ ਮੈਂ ਰੋਟੀਆਂ ਬਣਤੀਆਂ, ਤੇ ਵੀਰ ਬਣ ਕੇ ਨਾ ਤੂੰ ਖੇਤ ਫੜਾਇਆ। ਮੈਂ ਫੜਾਇਆ ਵਾ ਖੇਤ? ਲੋ ਤੈਨੂੰ ਫੜਾਉਣ ਨੂੰ ਕੀ ਹੋਇਆ? ਉਹ ਭੈਣੇ ਐ ਤਾਂ ਦੇਖ ਲੈ ਲੋਕ ਕਿੰਨੀ ਚੱਲੀ ਜਾਂਦੀ ਐ, ਗਰਮੀ ਕਿੰਨੀ ਹੈਗੀ। ਮੇਰੀ ਗੱਲ ਸੁਣ, ਪੈਸੇ ਵੀ ਤੈਨੂੰ ਹੀ ਚਾਹੀਦੇ ਐ, ਜੇ ਹੁਣ ਮਿੱਠਾ ਪਿਆਰਾ ਰਹੇਗਾ ਕੰਮ ਧੰਦਾ ਕਰੇਗਾ ਉਹਦਾ ਵੀ ਚਿੱਤ ਖੁਸ਼ ਹੋਊਗਾ ਵੀ ਭਾਈ ਮੇਰਾ ਸਾਲਾ ਕੰਮ ਕਰਦਾ, ਨਾਲੇ ਪੈਸੇ ਤਾਂ, ਮੇਰੀ ਗੱਲ ਸੁਣ, ਪੈਸੇ ਤਾਂ ਦੇਣ ਕਨੂੰ ਨਹੀਂ ਉਹ ਭੱਜਦਾ, ਤੇ ਪਰ ਮਾੜੇ ਮੋਟੇ ਲੱਛਣ ਵੀ ਤੈਨੂੰ ਸੁਧਾਰਨੇ ਪੈਣਗੇ। ਉਹ ਲੱਛਣ ਤਾਂ ਭੈਣੇ ਤੂੰ ਐਂ ਕਰਿਆ ਕਰ, ਤੜਕੇ ਸੁਨੇਹਾ ਨਾ ਚਾਹ ਮਿੱਠਾ ਬੰਨ ਦਿਆ ਕਰ ਨਾਲ, ਤੇ ਰੋਟੀਆਂ ਦੁਪਹਿਰ ਵਾਲੀਆਂ ਵੀ ਲਾਇਕ ਹੀ ਫੜਾ ਦਿਆ ਕਰ, ਵਾਰੀ ਵਾਰੀ ਐਵੇਂ ਗੇੜੇ ਲਾਉਣੇ ਔਖੇ, ਗਰਮੀ ਹੈਗੀ ਬਾਹਲੀ, ਪੈਰ ਮੱਚੇ ਜਾਂਦੇ ਤੇ ਹਵਾ ਪਤਾ ਕਿੰਨੀ ਤੇਜ਼ ਚੱਲਦੀ ਹੈ। ਲੋ ਵੇਲੋ ਮੇਰੀ ਗੱਲ ਸੁਣ, ਜਿਹੜਾ ਕੰਮ ਹੁਣ ਵੀ ਤੁਰਤ ਚਾਹ ਕਰਕੇ ਦੇਵਾਂਗੇ ਉੱਥੇ ਮੱਥਾ ਮਾਰੀ ਚੱਲਣਗੇ, ਹੁਣ ਘਰੋਂ ਜਦੋਂ ਆਪਾਂ ਕਰਤੀ ਤੇ ਉਹਦਾ ਕਿੰਨਾ ਹਾਲ, ਵੱਡੀ ਉਮਰ ਵਾਲਾ ਆਪ ਹੀ ਆ। ਕਦੋਂ ਗਿਆ ਸੀ ਤੂੰ? ਮੈਂ ਤਾਂ ਬਈ ਤੜਕੇ ਦੇ ਹੀ ਆ ਰਿਹਾ ਹੈਗਾ। ਤੜਕੇ ਦਾ ਆ ਰਿਹਾ ਫਿਰ ਤੈਨੂੰ ਐ ਨਹੀਂ ਪਤਾ ਚਾਹ ਬਣਾਇਆ ਮੈਂ ਖੇਤ ਮੈਂ?
ਇਹਨੇ ਤਾਂ ਜੀ ਮੇਰੀ ਗੱਲ ਸੁਣੋ, ਬਾਂਹ ਠੇਕੇ ਤੇ ਦੇ ਰੱਖਿਆ, ਠੇਕੇ ਤੇ ਦੇ ਰੱਖਿਆ ਨੇ ਬਾਂਹ, ਤੇਰਾ ਪਿਓ ਆ ਵੱਧ ਕਰ ਲੈ ਘੱਟ ਕਰ ਲੈ, ਤੂੰ ਤਾਂ ਲਾਈ ਗਈ ਨੀ ਹੁਣ ਆ ਕੇ, ਤੇਰਾ ਤਾਂ ਮੈਨੂੰ ਪਤੀ ਆ, ਉਹ ਜਾਣਾ ਹੁੰਦਾ ਬਈ ਰੋਜ਼ ਮੈਂ ਜਾਣਾ ਹੁੰਦਾ ਮੈਨੂੰ ਪਤੀ ਆ, ਗਰਮੀ ਵਾਲੀ ਆਉਂਦਾ ਇੱਥੇ ਵੀ ਤਾਂ ਹੀ ਆਇਆ ਹੋਵੇ, ਪਹਾੜਾਂ 'ਚ ਵਗ ਜਾਵਾਂ, ਉਹ ਮੈਨੂੰ ਪਤੀ ਆ ਕਿਹੜੇ ਕੰਮ ਆਇਆ ਹੋਵਾਂਗਾ, ਪੈਸੇ ਲੈਣ ਆਇਆ ਹੋਵਾਂਗਾ, ਹੋਰ ਦੱਸ ਤੂੰ ਇੱਥੇ ਕੀ। ਚੱਲ ਕੋਈ ਨਾ, ਹੁਣ ਮੇਰੇ ਭਰਾ ਨੂੰ ਆਏ ਤਾਂ ਨਾ ਸੁਣਾਈ ਚੱਲੇਗਾ ਕੋਈ, ਮੇਰਾ ਭਰਾ ਪੈਸਿਆਂ ਦਾ ਭੋਖਾ ਨਹੀਂ। ਗੱਲ ਐ ਨਹੀਂ ਹੁੰਦੀ, ਮਾੜਾ ਮੋਟਾ ਸਿਆਣਾ ਬਣੇ, ਉਹ ਬੜਾ ਬੰਦਾ ਹੁਣ, ਉਹਦੇ 60 ਸਾਲ ਦੀ ਉਮਰ ਹੋਈ ਪਈ ਆ, ਸਾਰੀ ਉਮਰ ਇਹਨੂੰ ਕਰਕੇ ਕਿੱਥੋਂ ਕਮਾਈ ਚੱਲੂ, ਮਾੜਾ ਮੋਟਾ ਲੱਗੇ ਰੋਜ਼ ਕੰਮ ਕਰਿਆ ਕਰੇ, ਮਾੜਾ ਮੋਟਾ ਸਿੱਖ ਜੂਆ, ਹੁਣ ਇਹ ਤਾਂ ਹੱਥੀ ਨਵਾਉਂਦਾ, ਉਹ ਹੁਣ ਕਿੰਨਾ ਚਿਰ ਕਮਾ ਕਮਾ ਇਹਨੂੰ ਕਮਾਈ ਜਾਊਗਾ। ਉਹ ਕਰਦਾ ਹੈਗਾ ਬਈ, ਹੁਣ ਤੂੰ ਕਿਹੜਾ ਤੇ ਕੋਲੇ ਕੋਲੇ ਬਾਈ, ਮੈਨੂੰ ਰੋਜ਼ ਹੀ ਉਹਦੇ ਨਾਲ ਗੱਲ ਹੁੰਦੀ ਆ ਮੇਰੀ। ਇਹਦਾ ਨਾ ਅੱਜ ਚਿੱਤ ਜਾ ਕੰਡਮ ਸੀ, ਮੈਨੂੰ ਪਹਿਲਾਂ ਕਹਿੰਦਾ ਸੀ, ਪਹਿਲਾਂ ਇਹ ਆਉਂ ਸਾਰੀ ਕਹਿੰਦਾ ਸੀ ਮੈਂ ਬਾਈ ਕੋਲੇ ਜਾਣਾ ਹੈ। ਉਹ ਚਿੱਤ ਕਾਹਨੂੰ ਕੰਡਮਾ, ਫਿਰ ਤੈਨੂੰ ਉਹੀ ਬੁੜੀਆਂ ਹੀ ਗੱਲਾਂ, ਠੀਕ ਹੈ, ਲੋੜ ਚੱਲਦੀ ਹੈ, ਉੱਥੋਂ ਤੱਕ ਜਾਣਾ ਔਖਾ ਹੈ, ਚਿੱਤ ਤਾਪੀ ਕੰਡਮ ਸੀ, ਜਦੋਂ ਉੱਥੋਂ ਭੈਣ ਪਿੰਡੋਂ ਇੱਥੇ ਆ ਸਕਦਾ, ਤੇ ਇੱਥੇ ਖੇਤ ਨੀ ਜਾ ਸਕਦਾ 2 ਕਿਲੋਮੀਟਰ। ਤੂੰ ਤਾਂ ਨਾ ਆਉਣ ਸਾਰੀ ਮੇਰੇ ਭਰਾ ਨੂੰ ਚੁੰਬੜ ਜਾਂਦਾ। 10 ਕਿਲੋਮੀਟਰ ਉੱਥੋਂ ਚੱਲ ਕੇ ਆ ਗਿਆ, 2 ਕਿਲੋਮੀਟਰ ਖੇਤ ਚਾਹ ਨੀ ਫੜਾਉਣ ਗਿਆ, ਹਜੇ ਕਹਿੰਦੀ ਹੈ ਮੇਰੇ ਭਰਾ ਨੂੰ ਕੁਛ ਕਹਿੰਦਾ। ਨਾਲੇ ਮੇਰੀ ਗੱਲ ਸੁਣ, ਆਂਢ ਗੁਆਂਢ ਵੀ ਕਹਿੰਦਾ ਵੀ ਭਾਈ ਹੈਪੀ ਦਾ ਸਾਲਾ ਨਾ ਉਦੋਂ ਹੀ ਆ ਜਾਂਦਾ, ਤੇ ਉਹਦਾ ਆਉਂਦਾ ਮੇਰੀ ਦੂਜੀ ਦਰਾਣੀ ਦਾ, ਜਿਹੜਾ ਬੰਦਾ ਵਰਤਣਾ ਚਾਹੁੰਦਾ ਹੁੰਦਾ ਉਹੀ ਆਉਂਦਾ ਹੁੰਦਾ। ਪਰ ਇਹਨੂੰ ਕੀ ਪਤਾ, ਇਹ ਤਾਂ ਵਰਤਣ ਦੇ ਨਹੀਂ ਹੁੰਦੀ ਸਕੀਰੀਆਂ, ਵੀ ਵਰਤਣ ਦੇ ਵਰਤਣ ਵਾਲੀਆਂ ਸਕੀਰੀਆਂ, ਉਹਨੇ ਵੀ ਕਰਦਾ, ਕੰਮ ਵੀ ਜ਼ਰੂਰੀ ਹੈ ਨਾ, ਕੰਮ ਦਾ ਵੀ ਬੰਦਾ ਜ਼ਰੂਰੀ ਕਰੇ, ਤੂੰ ਤਾਂ ਹੁਣ ਡੱਕਾ ਨਹੀਂ ਦੌੜਦਾ, ਫਿਰ ਉਹੀ ਗੱਲ। ਚੱਲ ਪ੍ਰਗਟ ਮੇਰੀ ਗੱਲ ਸੁਣ, ਤੇਰਾ ਬਾਈ ਤਾਂ ਨਾ ਮੈਨੂੰ ਵੀ ਸਾਰਾ ਦਿਨ ਆਹੀ ਬੋਲੀ ਜਾਂਦਾ, ਗੁੱਸਾ ਨਾ ਮੰਨੀ ਚੰਗਾ। ਉਹ ਚੱਲ ਤੂੰ ਰੋਟੀ ਪਾ ਦੇ ਸਰਾਣੇ ਨਾਲ ਬੈਠ ਦੋ, ਚਾਰ ਫੁੱਟ ਬਾਅਦ ਉੱਥੇ ਬੰਦੇ ਡਿੱਕੀ ਹੁਣ ਤਾਂ ਬਾਈ ਆ ਹੀ ਗਿਆ ਭੈਣੇ, ਤੂੰ ਬਾਈ ਨੂੰ ਫੜਾ ਦੇ ਹੁਣ, ਲਈ ਜਾਓ ਤੂੰ ਲੈ ਕੇ ਜਾਊ, ਮੈਂ ਤੂੰ ਨਾ ਜਾਈ ਖੇਤ, ਐ ਨਹੀਂ ਕਹਿੰਦਾ ਵੀ ਕੋਈ ਗੱਲ ਨਹੀਂ ਬਾਈ ਯਾਰ ਮੈਂ ਤੇਰੇ ਨਾਲ ਆਇਆ, ਚੱਲ ਮੇਰੇ ਨਾਲ ਤੇ ਕੰਮ ਤੇ ਨਾ ਕਰੇ, ਤੇਰੇ ਨਾਲ ਹੀ ਚੱਲੂ ਜੇ ਨਾਲ ਜਾਣਾ ਆਉਂਦਾ ਖੇਤ ਚਾਹ ਲੈ ਕੇ ਪਾ ਜਾਂਦਾ ਮੇਰੀ। ਉਹ ਮੇਰੀ ਗੱਲ ਸੁਣੋ ਜੀ, ਤੁਸੀਂ ਨਾ ਐਂ ਕਰੋ, ਮੇਰੇ ਭਰਾ ਨੂੰ ਨਾ 5,000 ਰੁਪਇਆ ਦੇ ਦਿਓ, ਤੇ ਇਹ ਨਾ 2 ਦਿਨ ਇੱਥੇ ਤੁਹਾਡੇ ਨਾਲ ਕੰਮ ਕਰਵਾਊਗਾ। ਕੰਮ ਕਰਾਊਗਾ ਲੈ, ਬਾਕੀ ਮੇਰੇ 5,000 ਰੁਪਇਆ ਇਹਨੂੰ ਦੇਵਾਂ ਮੈਨੂੰ, ਮੇਰੀ ਗੱਲ ਤਾਂ ਲੱਗ ਤੇ ਤਾਂ ਮੇਰੀ ਗੱਲ ਸੁਣ, ਮੇਰਾ ਭਰਾ ਆਇਆ ਤੈਨੂੰ ਸਹਾਰਾ ਲਵਾਊਗਾ। ਚੱਲ ਜੇ ਸਹਾਰਾ ਲਵਾਊਗਾ ਮੇਰੇ ਨਾਲ ਚੱਲੇ, ਚੱਲ 2 ਦਿਨ ਕੰਮ ਕਰ ਲੈ, ਮੈਂ ਜਾਊਗਾ। ਹਾਂ ਚੱਲੂਗਾ ਬਾਈ, ਮੈਂ ਨਾਲ ਚੱਲੂਗਾ, ਮੇਰੇ ਕੋਲ 100 ਰੁਪਏ ਹੈ ਨਹੀਂ, ਮੈਂ ਬਿੰਦਰ ਨੂੰ ਕਿਹਾ ਹੋਇਆ ਜਦੋਂ ਰੁਪਏ ਪਾ ਤੇ ਬਿੰਦਰ ਨੇ ਫੇਰ ਦੇ ਦੂੰਗਾ, ਮੈਂ ਤਾਂ ਛੇਤੀ ਪਵਾ ਲਈ ਫਿਰ ਬਾਈ, ਉਹ ਤਾਂ ਕੋਈ ਨਾ ਬਾਤ ਚੱਲਦਾ, ਮੇਰਾ ਭਰਾ ਜਵਾਬ ਨੀ ਦਿੰਦਾ, ਜਾਣ ਜਾਣ ਦਾ ਉਹਨੂੰ ਚੋਲਾ ਕਹਿੰਦਾ, ਪਰ ਕੰਮ ਹੀ ਸਿੱਖੂ ਜੇ ਖੇਤ ਜਾਊਗਾ, ਚੁਗੀਆਂ ਗੱਲਾਂ ਵਾਲੀ ਕੀ ਇਹ ਗੱਲ ਹੈ। ਚੱਲ ਕੋਈ ਨਾ, ਨਿਆਣੇ ਦੇ ਗਲ ਪਈ ਆ ਨਾ, ਇਹ ਹੁਣ ਮਾਰ ਨਿਆਣੇ ਨੂੰ ਜਵਾਕ ਚੁੰਗੜੀ ਚੁੰਗਦਾ, ਏਡਾ ਤਾਂ ਹੋ ਗਿਆ, ਇਸ ਤੋਂ ਬਾਅਦ ਬਾਲ ਬੰਦੇ ਚੱਲ ਭੈਣੇ ਤੂੰ ਰੋਟੀ ਦੇ ਕੋਲ ਆ, 5-6 ਸਾਲ ਛੋਟਾ ਮੇਰੇ ਭਾਦੀ ਤਾਂ ਇਹ ਜਵਾਕ ਹੀ ਆ, ਪਰ ਚੁਗੜੀ ਲੈ ਕੇ ਦੇ ਦੇ ਫਿਰ ਇਹਨੂੰ, ਕੋਈ ਨਾ ਲਿਆ ਦੂੰਗੀ ਮੈਂ ਤਾਂ ਸਾਰਾ ਦਿਨ, ਆਜਾ ਖੜਾ ਹੋ ਜਾ ਤੂੰ, ਚੱਲ ਚੱਲ ਤੁਸੀਂ ਚੱਲੋ ਜੀ, ਮੈਂ ਕੋਈ ਗੱਲ ਕਹਿਣੀ ਆ ਉਹਦੇ ਭਰਾ ਨੂੰ, ਮੇਰੀ ਗੱਲ ਸੁਣ, ਉੱਥੇ ਵੀ ਜੇ ਤੈਨੂੰ ਝਿੜਕਿਆ ਨਾ ਗੁੱਸਾ ਨਾ ਮੰਨੀ। ਉਹ ਕੋਈ ਨਾ ਭੈਣੇ, ਮੈਂ ਤਾਂ ਕੁਛ ਨਹੀਂ ਕਹਿੰਦਾ ਹੈਗਾ, ਤੈਨੂੰ ਪਤਾ ਹੈਗਾ ਨਾ ਮੇਰੇ ਤੋਂ ਬੜਾ ਏਡਾ ਧੋਪਾਲਾ ਕੰਮ ਹੋ ਗਿਆ, ਜਿਹੋ ਜਿਹਾ ਹੋਇਆ ਉਹ ਜਿਹਾ ਮੈਂ ਕਰਾ ਦੂੰਗਾ। ਕੋਈ ਨਾ, ਬੋਚ ਬਰਿਆ ਕੇ 2 ਦਿਨ ਲਾ ਦੀ, ਤੈਨੂੰ 5,000 ਰੁਪਇਆ ਦੇ ਦੂਗਾ, ਭਰਾ ਖਹਿੜਾ ਛੁੱਟੂਗਾ। ਚੱਲ ਕੋਈ ਨਾ ਦੇਖਦੇ ਆ ਕੇ, ਚੱਲ ਮੈਂ ਰੋਟੀਆਂ ਲੈ ਆਉਂਦਾ, ਹਾਂ ਰੋਟੀ ਰੋਟੀ ਫੜਾ, ਹਾਂ ਮੈਂ ਪਾਉਣੀ ਆ ਝੋਲੇ 'ਚ। ਆਈ ਬੈਠੀ ਹੈ,
ਉਹ ਵੀ ਸੋਚਦੀ ਹੋਊਗੀ ਵੀ ਕਿੱਥੇ ਵਗ ਗਿਆ, ਫਿਕਰ ਕਰਦੀ ਹੋਊਗੀ ਮੈਂ ਕਿਹੜਾ ਦੱਸ ਕੇ ਗਿਆ ਹੁਣ। ਚਲੋ ਕਰਦਾ ਗੱਲ ਜਾ ਕੇ। ਆਹ ਕਿੱਧਰੋਂ ਤੁਰੇ ਆਉਂਦੇ ਆ, ਚਲੋ ਤਾਂ ਸ਼ੁਕਰ ਆ ਰੱਬ ਦਾ ਸੋਟੀ ਨਾਲ ਤੁਰਨ ਲੱਗ ਗਏ ਹੈ, ਬਾਕਰ ਨਹੀਂ ਲੈ ਕੇ ਗਏ ਅੱਜ। ਉਹ ਫਿਰ ਕੀ ਕੀਤਾ ਜਾਵੇ, ਨਾ ਸੌਖਾ ਰਿਹਾ ਹੁਣ ਤੁਰਨਾ ਹੈ ਕਿ ਨਹੀਂ? ਠੀਕ ਜੇ ਹੀ ਆ, ਬਸ ਹੋ ਜਾਊਗਾ ਹੌਲੀ ਹੌਲੀ ਸਹੀ। ਚੱਲ ਉਹਦਾ ਤਾਂ ਖਹਿੜਾ ਛੁੱਟਿਆ ਗਰੋਹ ਦੇ ਘਰ ਤੋਂ, ਵਧੀਆ ਸੋਟੀ ਨਾਲ ਆ ਚਾਰ ਕੁ ਦਿਨ ਸੋਟੀ ਨਾਲ ਤੁਰ ਕੇ ਹੌਲੀ ਹੌਲੀ ਨਾ ਕੰਧ ਨੂੰ ਹੱਥ ਪਾ ਕੇ ਤੁਰਨ ਲੱਗੂ। ਬਸ ਲੋੜ ਹੀ ਨਹੀਂ ਹੈਗੀ, ਮੈਂ ਤਾਂ ਐ ਸੋਚਦਾ ਹੁੰਦਾ ਸੀਗਾ ਮੈਂ ਕਿਹਾ ਇੰਨਾ ਦਰਦ ਤਾਂ ਹੁੰਦਾ ਨਹੀਂ ਹੈਗਾ, ਕੱਲ ਨੂੰ ਨਾ ਹੈਪੀ ਕੋਲ ਖੇਤ ਜਾਊਂਗਾ ਮਾੜਾ ਮੋਟਾ ਕੰਮ ਧੰਦਾ ਕਰਾ ਦੂੰਗਾ ਮੈਂ ਵੀ। ਚੱਲ ਠੀਕ ਹੈ ਜੀ, ਉਹ ਤਾਂ ਵਗ ਜੇ ਕੋਈ ਨਹੀਂ। ਤੇ ਉਹ ਨਾ ਮੈਂ ਵੀ ਅੱਜ ਜਦੋਂ ਗਈ ਹਰਪ੍ਰੀਤ ਕੇ ਘਰੇ ਤੇ ਉਹਦਾ ਭਰਾ ਆਇਆ ਬੈਠਾ ਸੀਗਾ। ਅੱਛਾ ਹਾਂ ਮੈਂ ਜਾਣਦਾ ਹੁਣ। ਹਾਂ ਹਾਂ ਮੈਂ ਵਿਚਾਰੇ ਨੂੰ ਜਾਣਦੀ ਨਹੀਂ ਸੀ ਪਹਿਲਾਂ, ਮੈਂ ਤਾਂ ਉਹੀ ਤੁੱਕ ਜੇ ਨਾਲ ਹੀ ਸਤਿ ਸ਼੍ਰੀ ਅਕਾਲ ਬੁਲਾਤੀ, ਮੈਂ ਚੱਲ ਕੋਈ ਰਿਸ਼ਤੇਦਾਰ ਹੋਊਗਾ ਜਿਹੜਾ ਬਿੱਡਾਂ ਤੇ ਬੈਠਾ ਐ ਬਗਾਨੇ ਨੂੰ ਤਾਲਾ ਬਿਠਾਉਂਦਾ ਵੀ ਨਹੀਂ, ਦੋਨੇ ਭੈਣ ਭਰਾ ਗੱਲਾਂ ਕਰੀ ਜਾਂਦੇ ਸੀ। ਫਿਰ ਮੈਂ ਤਾਂ ਜਦੋਂ ਸਤਿ ਸ਼੍ਰੀ ਅਕਾਲ ਬੁਲਾਈ ਮੈਨੂੰ ਕਹਿੰਦੀ ਭਰਾ ਮੇਰਾ ਆਇਆ ਹੋਇਆ, ਮੈਂ ਚਲੋ ਵਧੀਆ ਭੈਣੇ ਮਿਲ ਜੂਗਾ ਭਰਾ ਤੇਰਾ ਆਇਆ ਹੋਇਆ। ਜਾਣਦਾ ਜਾਣਦਾ ਮੈਂ ਉਹੀ ਗੱਲ ਆ, ਕੱਲਾ ਕੱਲਾ ਮੁੰਡਾ ਆਪਦੇ ਮਾਂ ਪਿਓ ਦਾ, ਇਹਦਾ ਹਰਪ੍ਰੀਤ ਦਾ ਜਿਹੜਾ ਭਰਾ ਸਿਰ ਵੱਧ ਚੜਾਇਆ ਹੋਇਆ ਕੰਮ ਤਾਂ। ਸਿਆਣਾ ਲੱਗਿਆ ਬੰਨੇ ਸੀਗੇ ਪੱਗ ਬੰਨੀ ਸੀ। ਉਹ ਨਹੀਂ ਨਹੀਂ ਸਿਆਣਾ ਦਾ ਕਾਣੂ ਆ, ਉਹਨੂੰ ਤੂੰ ਤਾਂ ਜਾਣਦੀ ਨਹੀਂ ਹੈਗੀ ਇੰਨਾ, ਉਹ ਤਾਂ ਉਹੀ ਗੱਲ ਆ ਐਸ਼ ਪ੍ਰਸਤੀਆਂ ਵਾਲਾ ਹੀ ਆ, ਚੰਗਾ ਖਰਚਾ ਕਰਦਾ ਚੰਗੀਆਂ ਪਾਰਟੀਆਂ ਕਰਦਾ। ਜਾਣਦਾ ਫੇਰ ਇਹ ਜੇ ਧੀ ਪੁੱਤ ਨੂੰ ਵੀ ਆ ਲੱਕੀ ਕਰੂ ਹਨਾ, ਤਾਂ ਹੀ ਭੈਣ ਚੁੱਪ ਜੀ ਬੈਠੀ ਸੀ ਕਿਉਂ ਕੁਛ ਵੀ ਸੀ ਨਹੀਂ ਵੀ ਕੁਛ ਸੀਗੀ। ਚਲ ਉਹ ਤਾਂ ਉਹਨਾਂ ਦਾ ਮੈਟਰ ਸੀ, ਮੈਨੂੰ ਉਸ ਬਾਰੇ ਪਤਾ ਨਹੀਂ ਸੀ ਨਾ, ਕਿਸੇ ਕੋਲ ਨਾ ਗੱਲ ਕਰਨ ਦੀ ਲੋੜ ਹੀ ਨਹੀਂ ਹੈਗੀ ਜੇ ਉਹਨਾਂ ਦੇ ਘਰੇ ਕੋਈ, ਕਿਉਂ ਮੈਨੂੰ ਹੈਪੀ ਦਾ ਵੀ ਪਤਾ, ਉਹ ਤਾਂ ਘੱਟ ਹੀ ਬੜਾ ਖੇਰਾ ਜੀ ਹੈ ਇਹਨੂੰ। ਹਾਂ ਅੱਗੇ ਵੀ ਇੱਕ ਜਦੋਂ ਮੇਰਾ ਵਿਆਹ ਨਹੀਂ ਹੋਇਆ ਸੀ ਨਾ ਹਨਾ, ਉਦੋਂ ਇਹਨਾਂ ਦੀ ਬਾਬਾ ਲੜਾਈ ਹੋ ਗਈ ਸੀਗੀ, ਪੈਸੇ ਪੁਸੇ ਕੱਢ ਲਏ ਸੀ ਆਪਦੇ ਘਰੋਂ ਇਹਨੇ। ਅੱਛਾ ਹਾਂ ਇਹ ਜੇ ਕੰਮ ਇਹਨਾਂ ਦਾ, ਤੇ ਊਂ ਹਰਪ੍ਰੀਤ ਤਾਂ ਬਾਹਲਾ ਕਰਦੇ, ਚੱਲ ਛੱਡ ਪਰਾ ਉਹਨਾਂ ਦਾ, ਤੂੰ ਉਹਦੇ ਤੋਂ ਕੀ ਲੈਣਾ। ਤੇ ਚਾਹ ਦੀ ਘੁੱਟ ਕਰ ਲੈ ਯਾਰ, ਚਾਹ ਪੀਣੀ ਹੈ? ਹਾਂ ਚਲੋ ਕੋਈ ਨਹੀਂ, ਮੈਂ ਚਾਹ ਬਣਾ ਲੈਣੀ ਹੈ, ਜੇ ਕੁਛ ਖਾਣਾ ਤਾਂ ਉਹ ਦੱਸ ਦੋ ਬਣਾ ਦਿੰਨੀ ਹੈ ਮੈਂ। ਐ ਕਰੀ ਚਾਹ ਨਾਲ ਦੋ ਰੋਟੀਆਂ ਲਿਆ ਦੇ। ਰੋਟੀਆਂ ਲਿਆ ਦੇ? ਹਾਂ ਤੂੰ ਮੰਗਰੋ ਰੋਟੀ ਤਾਂ ਖਾਲੀ ਸੀ ਮੇਰੇ ਮੰਗਰੋ। ਹਾਂ ਹਾਂ ਰੋਟੀ ਤਾਂ ਖਾਲੀ ਸੀਗੀ, ਰੋਟੀ ਰੋਟੀ ਖਾ ਕੇ ਫੇਰ ਹੀ ਚਾਰ ਗੇੜੇ ਦਿੱਤੇ ਦਵਾਈ ਲੈ ਕੇ, ਤੈਨੂੰ ਪਤਾ ਦਵਾਈ 'ਚ ਨਾ ਪਤਾ ਨਹੀਂ ਤਾਂ ਊਂ ਨਸ਼ਾ ਜਿਹਾ, ਹਾਂਜੀ ਉਹਦੇ ਨਾਲ ਨਾ ਦਰਦ ਜਿਹਾ ਨਹੀਂ ਹੁੰਦਾ ਹੈਗਾ। ਤੇ ਬਾਕੀ ਹੁਣ ਕਿੰਨਾ ਚਿਰ ਘਰੇ ਬੈਠਾ ਰਹੂੰਗਾ ਡਰ ਕੇ, ਇਹ ਤਾਂ ਪੈਰ ਜਾ ਹੁਣ ਥੱਲੇ ਤਾਂ ਲਾਉਣਾ ਹੀ ਪਊਗਾ। ਚੱਲ ਤੁਸੀਂ ਬਹਿ ਜਾਓ ਠੀਕ ਹੋ ਕੇ ਉੱਤੇ ਪੈਰ ਕਰਕੇ, ਫਿਰ ਮੈਂ ਲਿਆਉਣੀ ਹੈ ਰੋਟੀ। ਜਾ ਲਿਆ ਜਾ ਕੇ। ਮਾਰਤੇ ਯਾਰ ਇਹਨਾਂ ਨੇ ਤਾਂ ਗਰਮੀ, ਕਦੇ ਪਾਣੀ ਲਿਆ ਕਦੇ ਚਾਹ ਲਿਆ, ਇਹੀ ਨੀ ਬਤੰਦਰ ਲੋਟ ਆਉਂਦੇ ਗੇ, ਆਪਾਂ ਨੂੰ ਤਾਂ ਲਿਆਂਦਾ ਲਿਆਂਦਾ ਜਾਂਦਾ, ਆਪ ਹੀ ਲਿਆ ਕੇ ਫੜਾ ਦੇ ਜਿਹਨੂੰ ਤੇਹ ਲੱਗੀ ਹੋਈ। ਅੱਛਾ ਅੱਗੇ ਦਾ ਪਾਣੀ ਵਗੀ ਜਾਂਦਾ ਵੀ ਖਾਲ ਚ ਨੀ ਪੀਦਾ ਗਾ, ਇਹ ਅੱਡ ਕਾਂ ਪ੍ਰਭਾਲ ਦਿਆ ਪਰ ਫਟ। ਦੱਸ ਕਿਹੜਾ ਲਿਆ ਕੇ ਦੇਵੇ? ਉਹ ਪਿਆ ਬੌਸ ਬਣ ਕੇ ਮੰਜੇ ਤੇ ਪੈ ਗਿਆ ਜਾ ਕੇ, ਵੀ ਉਹਦੇ ਲੇਬਰ ਬੋਲ ਮਾਰੀ ਜਾਂਦੀ ਪਾਣੀ ਲਿਆ ਦੇ ਉਹਨਾਂ ਨੂੰ, ਵੀ ਪਾਣੀ ਪੀ ਕੇ ਕੰਮ ਲੱਗਣਗੇ, ਉਹ ਮੌਜਾਂ ਨਾਲ ਬੈਠਾ ਲੈ ਕੀ ਕੋਈ ਸੰਸਾ ਨੂੰ, ਇਹ ਜੇ ਸੰਸਾ ਵਾਲਾ ਹੁੰਦਾ ਇਹ ਉੱਥੇ ਨਾਲ ਕੰਮ ਕਰ ਲੈਂਦੇ ਨੇ, ਕਿਹੜੇ ਕੰਮ ਕਰਨੇ ਯਾਰ, ਕਰਦਾ ਇੰਨਾ ਗੱਲ ਵੀ ਜੇ ਤਾਂ ਕਰਨਾ ਤਾਂ ਪਾਣੀ ਲਿਆ ਕੇ ਦੇਣਾ, ਲਿਆ ਦੇ ਨਹੀਂ ਮੈਂ ਆਪ ਲਿਆ ਆਉਣਾ ਭੱਜ ਕੇ, ਕਿਹੜੇ ਕੰਮ ਕਰੂ ਇਹ, ਤੂੰ ਇੱਥੇ ਪੈਣ ਆਇਆ ਤੇ ਕੰਮ ਕਰਨਾ ਹੈ।
ਫੋਨ ਤੇ ਮੱਥਾ ਮਾਰੀਆਂ ਤਾਂ ਲੇਬਰ ਤਾਂ ਬੋਲ ਮਾਰੀ ਜਾਂਦੀ ਹੈ, ਤੈਨੂੰ ਲੈਣ ਦਾ ਪਾਣੀ ਭੇਜਿਆ ਸੀ, ਤੂੰ ਇੱਥੇ ਆ ਕੇ ਸੌ ਗਿਆ। ਉਹ ਮੈਨੂੰ ਤਾਂ ਐਂ ਸੀਗਾ ਬਾਈ 2 ਮਿੰਟ ਬੈਠਣ ਗਿਆ ਜੇ ਉਹ, ਮੈਂ ਲੈ ਜਾਂਦਾ ਪਾਣੀ। ਉਹ ਬੈਠਣ ਦਾ ਕੰਮ ਆਈ ਹੈ ਕੋਈ ਬੈਠਣ ਦਾ ਸਮਾਂ ਦਊ, ਐਂ ਤਾਂ ਦੇਖ ਵੀ ਭੈਣ ਇੰਨੀ ਤਾਂ ਝੋਨਾ ਲਾਉਣਾ ਪਿਆ 1.5 ਕਿੱਲਾ। ਉਹ ਬੰਦੇ ਫਿਰ ਅਗਲੇ ਨੇ ਹੋਰ ਦੇ ਵੀ ਲਾਉਣਾ ਹੁੰਦਾ, ਆਪਣੇ ਤਾਂ ਹੀ ਬੈਠੇ ਰਹਿਣਗੇ ਉਹ। ਉਹ ਚਾਹ ਚੂਰ ਦੇ ਕਰਕੇ ਬਹਿ ਗਏ ਸੀਗੇ। ਉਹ ਚਾਹ ਕਾਹਨੂੰ ਯਾਰ, ਤੁਸੀਂ ਜੋ ਤੇ ਹਲੇ ਤੇਰੀ ਸਿਹਤ ਤੇ ਅਸਰ ਹੈ ਨੀ, ਮੋਟੀ ਪੂਛ ਵਾਲਾ ਹੈ। ਚੰਗਾ ਮੈਂ ਪਾਣੀ ਲੈ ਕੇ ਆਉਣਾ, ਤੂੰ ਜੇ ਨਹੀਂ ਪਾਣੀ ਲੈ ਕੇ ਦੇਣਾ ਚਰੀ ਵੱਢ ਲਾ, ਚਰੀ ਵੱਢ ਕੇ ਘਰੇ ਆ ਗਿਆ। ਚਰੀ ਵੱਢ ਲਾ, ਚਰੀ ਤੂੰ ਬਈ ਯਾਰ ਐਂ ਤਾਂ ਦੇਖ ਲਾ ਬਦਿੰਦਰਾ, ਕੀ ਟਾਈਮ ਕੀ ਹੋਇਆ, 1 ਵਜਿਆ ਪਿਆ ਗਿਆ, ਚਰੀ ਵੱਢ ਲਾ। ਤੂੰ ਟਾਈਮ ਹੈਗਾ ਹੈ, ਬੰਦਿਆਂ ਦਾ ਤਾਂ ਉੱਥੇ ਸਾਹ ਸੁੱਕੀ ਜਾਂਦਾ ਹੈਗਾ ਪਾਣੀ ਤੋਂ ਬਿਨਾਂ। ਤੂੰ ਕਹਿੰਦਾ ਕਿ ਚਰੀ ਵੱਢ ਲੈ, ਦਵਾਈ ਦਾ ਵੀ ਜਮਾ ਸਾਰੀ ਪਿਆ ਗਾ, ਮੈਨੂੰ ਤਾਂ ਲੱਗਦਾ ਕਿਹੜੇ ਠੋਲੂ ਦੇਊਗਾ ਯਾਰ ਇਹ। ਬਦਿੰਦਰਾ ਵੀ ਦੱਸ, ਜੇ ਮੈਂ ਇੰਨਾ ਕੰਮ ਵਾਲਾ ਹੁੰਦਾ ਮੈਂ ਤੇਰੇ ਕੋਲ ਇੱਥੇ ਕਿਉਂ ਆਉਂਦਾ, ਮੈਂ ਉੱਥੇ ਪਿੰਡ ਹੀ ਨਾ ਕੰਮ ਕਰਾ ਆਉਂਦਾ ਕਿਸੇ ਨਾਲ। ਆਇਆ ਤਾਂ ਮੈਂ ਤਾਂ ਸੀਗਾ, ਚੱਲ ਇੱਥੇ 2 ਦਿਨ ਵਿਹਲੇ ਰਹਿ ਲਾਂਗੇ, ਨਾਲੇ 4 ਰੁਪਏ ਲੈ ਜਾਵਾਂਗੇ ਇਹਦੇ ਕੋਲੋਂ। ਇਹ ਤਾਂ ਮੈਨੂੰ ਐਂ ਲੱਗਦਾ ਹੈਗਾ ਇਹ ਤਾਂ ਕੰਮ 'ਚ ਚੰਗਾ ਹੀ ਡਾ ਕੇ ਰੱਖੂਗਾ, ਨਾ ਤਾਂ ਬਦਿੰਦਰ ਨੇ ਇਹਨੇ ਬੈਠਣ ਦੇਣਾ ਹੈਗਾ। ਮੈਂ 2 ਮਿੰਟ ਬੈਠਿਆ ਸੀਗਾ, ਮਾਂਗਰੀ ਆ ਖੜਿਆ ਮੇਰੇ, ਮੈਂ ਕਰ ਲਾ ਹੁਣ ਗੱਲ ਆ ਕਿ ਪਾਣੀ ਲੈ ਜਾ। ਐਂ ਕਰਦਾ ਪਾਣੀ ਪੂਣੀ ਤਾਂ ਆਪ ਹੀ ਲਿਆਊਗਾ ਯਾਰ ਇਹ, ਆਪਾਂ ਹਰੇ ਦੀ ਮਾਂ ਢੂਹੀ, ਆਪਾਂ ਘਰ ਨੂੰ ਚੱਲਦੇ ਹਾਂ। ਮੈਨੂੰ ਨਹੀਂ ਲੱਗਦਾ 20 ਰੁਪਏ ਦੇਣੇ ਆ, ਆਪਾਂ ਨੂੰ ਤਾਂ ਕੋਈ ਹੋਰ ਹੀ ਤਰੀਕੇ ਨਾਲ ਲੈਣੇ ਪੈਣਗੇ। ਜੇ ਕਹਿੰਦੇ ਹੁੰਦੇ ਵੀ ਕਿ ਉਹ ਸਿੱਧੀ ਉਂਗਲ ਨਾਲ ਨਾ ਨਿਕਲੇ ਤਾਂ ਟੇਢੀ ਕਰ ਲੈਣੀ ਚਾਹੀਦੀ ਹੈ, ਤਾਂ ਮੈਨੂੰ ਐਂ ਲੱਗਦਾ ਆਪਣਾ ਟੇਢੀ ਉਂਗਲ ਕਰੇ ਤੂੰ ਸਰੂਗਾ, ਐਂ ਨਹੀਂ ਸਰਦਾ ਹੁਣ। ਐਂ ਤਾਂ ਇੱਥੇ ਨਾਲੇ ਤਾਂ ਕੰਮ ਕਰਾਈ ਚੱਲਾਂਗੇ ਇਹਦੇ ਨਾਲ, ਨਾਲੇ ਤੋਂ ਗਾਲਾਂ ਲਿਆ ਕਰਾਂਗੇ। ਬਾਕੀ ਕੰਮ ਕਰਾਉਣ ਵਾਲੇ ਇੰਨੇ ਵਾਲੇ ਹੁੰਦੇ ਫਿਰ ਇੱਥੇ ਆਉਂਦੇ ਕਾਹਦੇ ਵਾਸਤੇ, ਆਇਆ ਤਾਂ ਆਪਦੇ ਸੁੱਖ ਦਾ ਮਾਰਾ ਹੀ ਸੀਗਾ। ਘਰ ਨੂੰ ਚੱਲਦਾ ਹੈਗਾ, ਆਪੀ ਭੈਣ ਨੂੰ ਕਹਿ ਦੂੰਗਾ ਜਾ ਕੇ ਵੀ ਮੇਰੇ ਤੋਂ ਤਾਂ ਨਹੀਂ ਹੁੰਦਾ ਹੈਗਾ। ਮੈਨੂੰ ਐਂ ਲੱਗਦਾ ਭੈਣ ਤਾਂ ਹੁਣ ਕੱਪੜੇ ਧੋਈ ਜਾਂਦੀ ਆ ਬਾਹਰ, ਜਿਹੜਾ ਕੰਮ ਕਰਨਾ ਆਪਾਂ ਹੁਣੇ ਹੀ ਕਰ ਦਿੰਦੇ ਹਾਂ, ਫਿਰ ਐਂ ਨਹੀਂ ਪਤਾ ਜੇ ਭੈਣ ਕਿਤੇ ਇੱਧਰ ਆ ਗਈ ਫਿਰ ਆਪਣੇ ਤੋਂ ਵੀ ਨਹੀਂ ਹੋਣਾ ਗਾ, ਫਿਰ ਟਾਈਮ ਐਂ ਨਹੀਂ ਪਤਾ ਮਿਲੇ ਨਾ ਮਿਲੇ, ਉਹਦੇ ਨੂੰ ਬਾਈ ਦੀ ਆਉਣ ਦਾ ਵੀ ਟਾਈਮ ਹੋ ਜਾਣਾ। ਚੱਲ ਆਪਣਾ ਕੰਮ ਤਾਂ ਬਣ ਗਿਆ, ਹੁਣ ਰਹਿ ਗਿਆ ਕੰਮ ਭੈਣ ਨੂੰ 2-4 ਗੱਲਾਂ ਕਹਿ ਦੇਈਏ, ਹੁਣ ਬਾਅਦ 'ਚ ਕੋਈ ਸ਼ੱਕ ਨਾ ਹੋਵੇ ਆਪਣੇ 'ਤੇ। ਭੈਣੇ ਹਾਂ ਪ੍ਰਗਟ, ਧੋਲੇ ਕੱਪੜੇ ਤਾਂ? ਕੱਪੜੇ ਤਾਂ ਮੈਂ ਧੋਲੇ, ਮੈਂ ਤੈਨੂੰ ਸਮਾਂ ਦੀ 2 ਵਾਰੀ ਤਾਂ ਕਹਿ ਗਈ ਵੀ ਆਹ ਕੱਪੜੇ ਲਾ ਲਾ ਤੇ ਤੇਰੇ ਧੋ ਦਿੰਦੀ ਹਾਂ ਮੈਂ। ਭੈਣੇ ਮੈਂ ਕਿਹੜਾ ਕੱਪੜੇ ਲੈ ਕੇ ਆਇਆ, ਨਾਲੇ ਮੈਂ ਤਾਂ ਹੁਣ ਕੱਪੜੇ ਧੋਣ ਦੀ ਲੋੜ ਨਹੀਂ, ਮੈਂ ਤਾਂ ਚੱਲਿਆ ਸੀ ਪਿੰਡ ਨੂੰ। ਪਿੰਡ ਨੂੰ ਕਾਹਤੋਂ ਚੱਲਿਆ ਸੀ, ਤੂੰ ਹਜੇ ਰਹਿਣਾ ਨਹੀਂ ਸੀ। ਉਹ ਨਾ ਨਾ ਮੈਂ ਤਾਂ ਨਹੀਂ ਰਹਿੰਦਾ ਹੈਗਾ, ਜਿਹੜਾ ਕੰਮ ਆਇਆ ਸੀਗਾ ਉਹ ਕੰਮ ਹੋ ਗਿਆ, ਤੈਨੂੰ ਰੁਪਈਆਂ ਦਾ ਕਿਹਾ ਸੀਗਾ, ਰੁਪਈਆਂ ਦਾ ਹੱਲ ਹੋ ਗਿਆ ਸੀ, ਮੁੰਡੇ ਨੂੰ ਫੋਨ ਕਰ ਲਿਆ ਸੀ ਮੈਂ, ਉਹ ਕਹਿੰਦਾ ਕੋਈ ਨਾ ਮੇਰੇ ਤੋਂ ਫੜ ਕੇ ਲਈ, ਨਾਲੇ ਤੈਨੂੰ ਪਤਾ ਹੈਗਾ ਇੱਥੇ ਬਾਈ ਨਾ ਮੈਨੂੰ ਮਾੜੀ ਮਾੜੀ ਗੱਲ ਪਿੱਛੇ ਟੋਕੀ ਜਾਂਦਾ ਰਹਿੰਦਾ ਹੈਗਾ, ਹੁਣ ਜਿੰਨਾ ਕੁ ਮੇਰੇ ਤੋਂ ਹੁੰਦਾ ਹੈਗਾ ਮੈਂ ਉਨਾ ਕੁ ਕਰਾ ਦਿੰਦਾ ਹੈਗਾ, ਹੁਣ ਨਾ ਦੇਖ ਮੇਰੇ ਤੋਂ ਇੰਨਾ ਕੋਈ ਬਾਹਲਾ ਕੰਮ ਕਰਿਆ ਜਾਂਦਾ ਹੈਗਾ। ਮੇਰੀ ਗੱਲ ਸੁਣ, ਤੇਰੇ ਬਾਈ ਨੇ ਨਾ ਮੇਰੇ ਮੂੰਹ 'ਚ ਸ਼ਲੋਕ ਮਹੱਲੇ ਸੁਣਨੇ ਆ, ਉਹਨੇ ਆਹ ਟਿਕਦਾ ਨਹੀਂ ਉਹਨਾਂ। ਉਹ ਚੱਲ ਕੋਈ ਨਾ ਭੈਣੇ, ਤੂੰ ਕਾਹਦੇ ਵਾਸਤੇ ਕਹਿਣਾ ਹੈਗਾ, ਜੇ ਤਾਂ ਐਵੇਂ ਤੁਸੀਂ ਆਪਸ ਮੇ ਲੜ ਪਓਗੇ ਫਿਰ ਗੱਲ ਮੇਰੇ ਤੇ ਅੱਜ ਵੀ ਪਤਾ ਨਹੀਂ ਹੈ ਸਾਨੂੰ ਲੜਾ ਕੇ ਵਗ ਗਿਆ, ਹੁਣ ਤੈਨੂੰ ਤਾਂ ਬਾਈ ਨੂੰ ਕੁਝ ਕਹਿਣ ਦੀ ਲੋੜ ਹੀ ਨਹੀਂ, ਨਾਲੇ ਰਿਸ਼ਤੇਦਾਰੀ ਹੈਗੀ ਆਪਣੀ, ਆਪਾਂ ਦਾ ਬਰਤਨ ਆਪਾਂ ਲੜਨਾ ਥੋੜੀ ਹੀ ਹੈਗਾ। ਵੇਖ ਮੇਰੀ ਗੱਲ ਸੁਣ ਪ੍ਰਗਟ, ਤੂੰ 2 ਦਿਨ ਰਹਿੰਦਾ ਨਾਲੇ ਮੈਨੂੰ ਵੀ ਐਂ ਸਹਾਰਾ ਜਾ ਸੀ, ਹੁਣ ਚੱਲ ਉਹ ਵੀ ਕੰਮ ਤਾਂ ਕਰੀ ਜਾਂਦੀ ਹੈ ਮੀਤ ਤੇ, ਪਰ ਫਿਰ ਵੀ ਮੈਨੂੰ ਐਂ ਸੀ ਮੈਂ ਤੇਰੇ ਨਾਲ ਕੋਈ ਗੱਲਬਾਤ ਕਰ ਲੈਂਦੀ, 200-200 ਗੱਲ ਹੁੰਦੀ ਹੈ ਭੈਣ ਭਰਾਵਾਂ ਦੀ। ਉਹ ਕੋਈ ਗੱਲ ਨਹੀਂ ਭੈਣੇ, ਮੈਨੂੰ ਥੋੜਾ ਜਿਹਾ ਕੰਮ ਹੈਗਾ, ਮੈਂ ਰੁਪਈਆਂ ਦੀ ਵੀ ਮੈਨੂੰ ਲੋੜ ਹੀ ਸੀਗੀ, ਮੈਂ ਉਹ ਕੰਮ ਥੋੜਾ ਜਿਹਾ ਨਿਬੇੜ ਲਾ, ਕੋਈ ਗੱਲ ਨਹੀਂ 4 ਦਿਨ ਫੇਰ ਗੇੜਾ ਮਾਰ ਜੂਗਾ ਮੈਂ।
ਮੇਰੀ ਗੱਲ ਸੁਣ, ਤੇਰਾ ਬਾਈ ਤਾਂ ਨਾ ਹੈ ਹੀ ਇਹ ਜਿਹਾ, ਜੇ ਮੇਰੇ ਕੋਲੇ ਪੈਸੇ ਹੁੰਦੇ ਨਾ ਮੈਂ ਤਾਂ ਤੈਨੂੰ ਝਬਕਾਉਂਦੀ ਨਹੀਂ ਸੀ, ਤੇ ਹੁਣ ਕਿਹਨੇ ਕਰਤਾ ਤੇਰੇ ਪੈਸਿਆਂ ਦਾ ਇੰਤਜ਼ਾਮ? ਉਹ ਤਾਂ ਮੈਂ ਰਾਜੂ ਨੂੰ ਫੋਨ ਕਰਿਆ ਸੀਗਾ। ਅੱਛਾ, ਉਹ ਤਾਂ ਕਹਿੰਦਾ ਵੀ ਮਾਰਤੀ ਤੋਂ ਫੜ ਕੇ ਲਿਆ, ਕਹਿੰਦਾ 20,000 ਮੈਂ ਵੱਧ ਲੈ ਕੇ ਆਇਆ ਸੀਗਾ, ਚੱਲ ਕਹਿੰਦਾ ਤੂੰ ਲੈ ਜੀ, ਮੈਂ ਤਾਂ ਘਰ ਵਾਸਤੇ ਲਿਆਇਆ ਸੀ, ਕਈ ਵਾਰ ਲੋੜ ਪੈ ਜਾਂਦੀ ਹੈ। ਉਹ ਮੈਨੂੰ ਤਾਂ ਇਸ ਗੱਲ ਦਾ ਦੁੱਖ ਰਹੂਗਾ ਵੀ ਮੇਰਾ ਭਰਾ ਮੇਰੇ ਕੋਲੇ ਪੈਸੇ ਲੈਣ ਆਇਆ ਸੀ ਤੇ ਅਸੀਂ ਪੈਸੇ। ਓਹੋ ਭੈਣੇ, ਤੂੰ ਕਿਵੇਂ ਆਪਦੇ ਮਨ ਤੇ ਬੋਝ ਪਾਇਆ ਹੈਗਾ, ਫਿਰ ਕੀ ਹੋ ਗਿਆ? ਤੁਸੀਂ ਤਾਂ ਮੈਨੂੰ ਜਵਾਬ ਥੋੜੀ ਦਿੱਤਾ ਹੈਗਾ, ਉਹ ਤਾਂ ਮੇਰਾ ਹੱਲ ਹੋ ਗਿਆ, ਮੈਂ ਤਾਂ ਚੱਲਿਆ ਹੈਗਾ। ਨਾਲੇ ਨਾ ਮਾਂ ਮੈਨੂੰ ਐਂ ਆਖੂਗੀ ਮੈਲੇ ਕੱਪੜਿਆਂ 'ਚ ਤੋੜਤਾ ਵੀ ਤੂੰ ਤੇਰੇ ਬਾਈ ਦੇ ਕੱਪੜੇ ਪਾ ਲੈਂਦਾ। ਕੋਈ ਨਾ ਭੈਣੇ, ਕੁਛ ਨਹੀਂ ਹੁੰਦਾ, ਮੈਂ ਕਹਿ ਦੂੰਗਾ ਵੀ ਬਾਈ ਵਾਲੇ ਤਾਂ ਮੇਰੇ ਮੇਚ ਆਉਂਦੇ ਨਹੀਂ ਸੀਗੇ। ਚੱਲ ਫਿਰ ਰੋਟੀ ਤਾਂ ਖਾ ਕੇ ਜਾਵੜੀ। ਨਾ ਨਾ ਬਸ, ਰੋਟੀ ਤਾਂ ਮੈਂ ਜਾ ਕੇ ਖਾਉਂ, ਨਾਲੇ ਮੈਂ ਤੈਨੂੰ ਇੱਕ ਗੱਲ ਹੋਰ ਕਹਿਣਾ ਹੈਗਾ ਵੀ ਉਹ ਘਰੇ ਨਾ ਮਾੜਾ ਜਿਹਾ ਤੂੰ ਧਿਆਨ ਰੱਖਿਆ ਕਰ, ਅੱਜ ਕੱਲ੍ਹ ਕੋਈ ਪਤਾ ਨਹੀਂ ਹੁੰਦਾ ਕਿਸੇ ਦੇ ਮਨ ਦਾ, ਐਵੇਂ ਤੂੰ ਤਾਂ ਹੁਣ ਇੱਧਰ ਫਿਰਦੀ ਹੈ, ਉੱਧਰ ਹੁਣ ਕੀ ਪਤਾ ਕਮਰੇ 'ਚ ਅਗਲਾ ਕੀ ਕਰੀ ਜਾਂਦਾ, ਕੱਲ੍ਹ ਨੂੰ ਕੋਈ 19-21 ਹੋ ਜਾਏ ਫਿਰ। ਚੱਲ ਕੋਈ ਨਾ, ਚੰਗਾ ਹੋ ਗਿਆ ਤੂੰ ਮੇਰੇ ਯਾਦ ਕਰਾਤਾ, ਮੈਂ ਤਾਂ ਜਿੰਦਾ ਕੁੰਡਾ ਵੀ ਨਹੀਂ ਲਾਇਆ। ਆਹੋ ਯਾਰ, ਉਹ ਜਿੰਦਾ ਕੁੰਡਾ ਉਹਦਾ ਪਹਿਲਾਂ ਲਾ ਕੇ ਰੱਖਿਆ ਕਰ ਇਹ ਜਿਹੇ ਸਮਾਨ ਨੂੰ। ਚੱਲ ਚੰਗਾ, ਮੇਰੀ ਗੱਲ ਸੁਣ, ਤੇ ਫਿਰ ਉਹ ਕੋਈ ਚੀਜ਼ ਵੀ ਨਹੀਂ। ਬਸ ਮੈਂ ਤਾਂ ਰੋਟੀ ਪਾਣੀ ਮੈਂ ਸਭ ਕੁਝ ਖਾ ਰੱਖਿਆਗਾ, ਮੈਂ ਜਾ ਕੇ ਉੱਥੇ ਕੱਪੜੇ ਤਾਂ ਹੁਣ ਜਦੋਂ ਜਾਊਂਗਾ ਘਰੇ ਉਹ ਆਪੇ ਨਹਾ ਲੂੰਗਾ ਉੱਥੇ। ਚੰਗਾ, ਚੱਲ ਮੈਂ ਚੱਲਿਆ। ਚੰਗਾ ਭੈਣੇ, ਚੰਗਾ ਫਿਰ ਭਾੜਾ ਕਰਾਇਆ ਤਾਂ ਲੈ ਜਾਂਦਾ, ਉੱਥੇ ਮੇਰੇ ਪਰਸ ਜੇ ਚ ਪਏ ਆ ਪੈਸੇ। ਉਹ ਬਸ ਕੋਈ ਨਾ, ਐ ਤਾਂ ਮੇਰੇ ਕੋਲ ਹੈਗਾ 100-200 ਰੁਪਏ ਦਾ। ਅੱਛਾ ਚੱਲ, ਚੰਗਾ ਚੱਲ, ਠੀਕ ਆ, ਚੰਗਾ ਚੰਗਾ। ਜਾਵਾਂ ਉੱਧਰ ਪੇਟੀਆਂ ਬੂਟੀਆਂ ਕੰਨੀ ਵੇਖਾਂ, ਕਹਿੰਦਾ ਖੁੱਲੇ ਪਏ ਆ ਬਾਹਰ, ਉਹ ਤਾਂ ਫੇਰ ਹੀ ਸੁਕਾਉਂਗੀ ਕੱਪੜੇ। ਭੈਣੇ ਕੰਮ ਨਿਬੜ ਗਿਆ ਅੱਜ ਛੇਤੀ, ਇੱਕ ਤਾਂ ਮੈਂ ਸੁਨੇਹਾ ਆਈ ਸੀ, ਇੱਕ ਅੱਜ ਬੰਦੇ ਥੋੜੇ ਸੀ ਨਾ ਤਾਂ ਕਰਕੇ ਰੋਟੀਆਂ ਵੀ ਘੱਟ ਸੀਗੀਆਂ, ਤੇ ਛੇਤੀ ਕੰਮ ਨਿਬੜ ਗਿਆ, ਤੇ ਮੈਂ ਨਾ ਉੱਥੇ ਝਾੜੂ ਝੂੜੂ ਸਾਰਾ ਲਾਤਾ। ਝਾੜੂ ਨਾ ਲਾਇਆ ਕਰ, ਮੇਰੀ ਗੱਲ ਸੁਣ ਮੀਤ, ਝਾੜੂ ਤਾਂ ਨਾ ਮੈਂ ਆਪੇ ਲਾ ਲਿਆ ਕਰੂੰਗੀ। ਚੱਲ ਕੋਈ ਨੀ ਭੈਣੇ, ਫਿਰ ਸੁੱਖ ਵੀ ਕਾਹਦਾ ਹੋਇਆ ਜਦੋਂ ਮੈਂ ਆਉਣੀ ਆ, ਕੱਲੇ ਝਾੜੂ ਲਾਉਣ ਨਾਲ ਮੇਰਾ ਕਿੱਡਾ ਕੁ ਕੰਮ ਵਧ ਗਿਆ। ਹਾਂ ਇਹ ਵੀ ਗੱਲ ਠੀਕ ਹੈ, ਤੇ ਉਹ ਤੂੰ ਪੇਟੀਆਂ ਬੂਟੀਆਂ ਤੇ ਵਿਛਾ ਤੇ? ਉਹ ਤਾਂ ਭੈਣੇ ਮੈਂ ਵਧੀਆ ਕਵਰ ਨਾ ਦੁਬਾਰੇ ਚੜਾ ਤੇ ਝਾੜ ਕੇ ਪੇਟੀ ਦਾ ਵੀ ਤਿਲ ਮਾਰੀ ਦਾ ਵੀ। ਚੱਲ ਚੰਗਾ ਹੋ ਗਿਆ, ਤੇ ਮੈਂ ਤੈਨੂੰ ਐਂ ਕਹਿੰਦੀ ਸੀ ਵੀ ਹੁਣ ਤਾਂ ਆਪਣੇ ਕੰਮ ਘੱਟ ਹੀ ਹੋਊਗਾ। ਅੱਛਾ, ਤੈਨੂੰ ਪਤਾ ਵੀ ਹੁਣ ਝੋਨਾ ਤਾਂ ਜਿਹੜਾ ਲੱਗਣਾ ਲੱਗ ਗਿਆ, ਹੁਣ ਤਾਂ ਜੇ ਕੋਈ ਵਿੱਚੋਂ ਕੋਈ ਡੱਕਾ ਮੱਚਿਆ ਉਹ ਲੱਗੂਗਾ, ਤੇ ਜਿੱਦਣ ਕਿਤੇ ਲੋੜ ਹੋਈ ਤਾਂ ਮੈਂ ਤੈਨੂੰ ਨਾ ਫੋਨ ਕਰਕੇ ਸੱਦ ਲਿਆ ਕਰੂੰ। ਕੋਈ ਗੱਲ ਨੀ ਭੈਣੇ, ਦੇਖ ਮੈਨੂੰ ਤਾਂ ਕੋਈ ਫਰਕ ਨੀ ਪੈਂਦਾ ਜੇ ਮੈਂ ਆ ਜਾਂਦੀ ਹਾਂ ਤੇਰੇ ਨਾਲ, ਕਰਾ ਜਾਂਦੀ ਹਾਂ ਹਨਾ। ਬਾਈ ਨੂੰ ਤਾਂ ਮੈਂ ਕਹਿਤਾ ਸੀ, ਮੈਨੂੰ ਕਿਹੜਾ ਇਸ ਕੰਮ ਤੇ ਕੋਈ ਪੈਸਾ ਚਾਹੀਦਾ, ਕੋਈ ਲਾਲਚ ਆ, ਮੈਂ ਤੂੰ ਆ ਜਾਂਦੀ ਹਾਂ, ਚੱਲ ਤੂੰ ਨਾਲੇ ਮੇਰਾ ਟਾਈਮ ਟੱਪ ਜਾਂਦਾ ਤੇ ਨਾਲੇ ਚੱਲ ਇਧਰੋਂ ਦਾਲ ਸਬਜ਼ੀ ਦਾ ਖਰਚਾ ਸਾਡਾ ਬਚਿਆ ਪਿਆ। ਹਾਂ ਉਹ ਵੀ ਚੱਲ ਕੋਈ ਨਾ, ਤੇਰੀ ਗੱਲ ਠੀਕ ਹੈ, ਤੇ ਮੈਂ ਤੈਨੂੰ ਇੱਕ ਗੱਲ ਹੋਰ ਕਹਿੰਦੀ ਸੀ, ਤੇ ਤੂੰ ਨਾ ਆਪਦੇ ਟੌਪਸ ਜੇ ਲੈ ਜਾ। ਕਿਉਂ ਭੈਣੇ, ਪਏ ਰਹਿੰਦੇ, ਦੇਖ ਸਮੇਂ ਪਏ ਆ। ਮੈਂ ਸਟਾਰਟ ਕਰੂੰਗਾ ਮੀਤ, ਉਹ ਤਾਂ ਟਾਈਮਿੰਗ ਲੇਟ ਚੱਲਦੀ ਹੈ। ਅੱਛਾ ਸਟਾਰਟ। ਕਿਉਂ ਭੈਣੇ, ਪਏ ਰਹਿੰਦੇ, ਇੱਥੇ ਸਮਾਂ ਸਮੇਂ ਪਏ ਆ, ਇੱਥੇ ਪਏ ਜਾਂ ਉੱਥੇ ਪਏ, ਗੱਲ ਤੇ ਕੀ ਹੈ ਨਾ। ਮੀਤ ਮੇਰੀ ਗੱਲ ਸੁਣ, ਮੈਂ ਹੁਣ ਨਾ ਦੁਪਹਿਰੇ ਘਰੇ ਹੁੰਦੀ ਆ ਇਕੱਲੀ, ਤੇ ਤੈਨੂੰ ਪਤਾ ਮੈਂ ਜਿੱਦਣ ਦੀ ਬਿਮਾਰ ਜੀ ਹੋ ਕੇ ਹਟੀ ਹਾਂ ਨਾ, ਮੇਰਾ ਚੇਤਾ ਭੁੱਲ ਜਾਂਦਾ, ਕਈ ਵਾਰ ਤਾਂ ਨਾ ਮੈਂ ਲੌਕ ਲਾਉਣਾ ਹੀ ਭੁੱਲ ਜਾਂਦੀ ਆ। ਮੈਂ ਤੈਨੂੰ ਕਹਿੰਦੀ ਹਾਂ ਵੀ ਤੇਰੀ ਚੀਜ਼ ਸਮਾਈ ਚੰਗੀ ਹੈ। ਠੀਕ ਹੈ ਭੈਣੇ, ਫਿਰ ਤੁਹਾਡੀ ਮਰਜ਼ੀ ਹੈ, ਜਿਵੇਂ ਜੀ ਕਰਦਾ ਉਵੇਂ ਕਰ ਲਓ। ਚੱਲ ਠੀਕ ਹੈ, ਮੈਂ ਲੈ ਕੇ ਆਉਂਦੀ ਹਾਂ। ਚੰਗਾ, ਠੀਕ ਹੈ ਭੈਣੇ, ਲਿਆ। ਲੈ ਫੜਾ ਦਾ ਪਰਾਂ ਨਾ ਅਗਲੇ ਦਾ, ਭਾਰ ਦਾ ਹੈ ਚੰਗਾ ਹੁੰਦਾ, ਬਾਕੀ ਨਾ ਭਾਈ ਇਹ ਕਿਹੜਾ ਥੋੜੀ ਘਣੀ ਚੀਜ਼ ਹੈ। ਖਾਲੀ ਜਿਹਾ ਕਿਵੇਂ ਲੱਗਦਾ, ਬੂ ਮੈਂ ਮਰ ਜਾ, ਹਾਏ ਨਾ ਮੇਰੀਆਂ ਟੂਮਾਂ ਤੇ ਨਾ ਮੀਤ ਦੀਆਂ, ਹਾਏ ਮੈਂ ਤਾਂ ਇਸੇ ਚ ਹੀ ਰੱਖੂੰਗਾ ਸੀ, ਹੋਰ ਕਿਤੇ ਰੱਖੂੰਗਾ ਹੀ ਨੀ। ਬੂ ਕਿਤੇ ਪ੍ਰਗਟ ਵਾਲੀ ਗੱਲ ਸੱਚ ਤਾਂ ਨੀ ਹੋ ਗਈ, ਪ੍ਰਗਟ ਮੈਨੂੰ ਕਹਿੰਦਾ ਸੀ ਵੀ ਭੈਣੇ ਇਹਨਾਂ ਤੇ ਯਕੀਨ ਨਾ ਕਰ, ਕਿਤੇ ਮੀਤ ਤਾਂ ਨੀ ਚੱਕ ਕੇ ਲੈ ਗਈ। ਕਰਦੀ ਆ ਮੈਂ ਉਹਦੇ ਨਾਲ ਗੱਲ।